ਹਾਜ਼ਰ ਚੰਚ ਦਾ ਵਿਚਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਕਹਿਣਾ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਸ਼ਾ ਟੀਵੀ ਤੇ ਚੰਚ ਦਾ ਵਿਚਾਰ ਪ੍ਰੋਗਰਾਮ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਜਦੋਂ ਅਸੀਂ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਹਾਂ ਬਾਹਰ ਬੜੀ ਪਿਆਰੀ ਤੌਪਾ ਓਏ ਹੋਏ ਨਿਖਰੀ ਹੋਈ ਤੌਪਾ ਸੂਰਜ ਬਾਹਰ ਦਾ ਲਿਸ਼ਕੋਰਾ ਏਵੇਂ ਲੱਗਦਾ ਵੀ ਜਿਵੇਂ ਕੋਈ ਬੰਦਾ ਨਹੀਂ ਹੁੰਦਾ ਸ਼ੀਸ਼ਾ ਲੈ ਕੇ ਤੇ ਕਿਸੇ ਦੇ ਲੀੜਿਆਂ ਦੇ ਉੱਤੇ ਲਿਸ਼ਕੋਰ ਮਾਰਨਾ ਕਿਸੇ ਦੇ ਮੂੰਹ ਤੇ ਮਾਰਨਾ ਓਵੇਂ ਸੂਰਜ ਲਿਸ਼ਕੋਰਾਂ ਛੜਦਾ ਖਿੜੀ ਹੋਈ ਨਰਮੇ ਦੇ ਫੁੱਟ ਵਰਗੀ ਤੌਪਾ ਕਪਾਹ ਦੇ ਫੁੱਟ ਵਰਗੀ ਬੜੀ ਪਿਆਰੀ ਦਹੀਂ ਵਰ ਮੌਸਮ ਵਿਭਾਗ ਕਹਿੰਦਾ 15 ਤਰੀਕ ਤੱਕ ਐਂ ਜੇ ਮੰਨ ਲਓ ਰਾਤ ਦੇ ਵੇਲੇ ਪਾਰਾ ਥੱਲੇ ਨੂੰ ਦਿਨ ਦੇ ਵੇਲੇ ਤਾਂ ਨੂੰ 15 ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਭਾਈ ਤੁੱਪ ਹੁੰਦੀ ਕੀ ਆ ਕਹਿੰਦੇ ਵੀ ਮੌਸਮ ਕੜਾਕੇ ਵੱਲ ਵਧੂਗਾ ਗਰਮੀ ਜ਼ੋਰ ਫੜੂਗੀ ਤੁੱਪ ਲਿਸ਼ਕਾਂ ਛੱਡੂਗੀ ਇਹ ਗੱਲ ਕਹੀ ਆ ਮੌਸਮ ਵਿਭਾਗ ਨੇ ਪਹਿਲਾਂ ਆਪਾਂ ਹਰਮਨਜੀਤ ਦਾ ਸਵਾਗਤ ਕਰਦੇ ਹਾਂ ਕਿਹੜਾ ਅਗਲੀ ਗੱਲ ਬਾਤ ਸਤਿ ਸ਼੍ਰੀ ਅਕਾਲ ਜਾਨਾ ਸਰ ਕੀ ਹਾਲ ਹੈ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਮੈਨੂੰ ਲੱਗਦਾ ਮੌਸਮ ਵਿਭਾਗ ਦਾ ਕੋਈ ਪਿਛਲੀ ਜਿਹੜੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹ ਪੜ ਲਈ ਹੈ ਤਾਜ਼ੀ ਮੈਂ ਪੜ ਕੇ ਆਈਆਂ ਕਿਉਂ ਤਾਜ਼ੀ ਜਾਣਕਾਰੀ ਇਹ ਕਹਿੰਦੀ ਹੈ ਕਿ ਜਿਹੜੀ ਪੱਛਮੀ ਗੜਬੜ ਆ ਯਾਨੀ ਵੈਸਟਰਨ ਡਿਸਟਰਬੈਂਸ ਉਹ ਇੱਕ ਵਾਰ ਫਿਰ ਤੋਂ ਕਹਿੰਦੇ ਕਿ ਉਹ ਹੋ ਰਹੀ ਹੈ ਜਿਸ ਦੇ ਕਰਕੇ ਹੋ ਸਕਦਾ ਆਉਣ ਦੇ ਦਿਨਾਂ ਦੇ ਵਿੱਚ ਫਿਰ ਤੋਂ ਮੀਂਹ ਪਵੇ ਫਿਰ ਤੋਂ ਜਿਹੜੀ ਹਵਾ ਠੰਢੀ ਠੰਢੀ ਉਹ ਵਗੇ ਤੇ ਬਾਕੀ ਪਤਾ ਨਹੀਂ ਦੇਖਦੇ ਆ ਕੀ ਹੁੰਦਾ ਦੇਖੋ ਗੱਲ ਇਹ ਮੈਂ ਅੱਜ ਦੀ ਗੱਲ ਕੀਤੀ ਪਹਿਲਾਂ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਜੇ ਕਿਤੇ ਮੀਂਹ ਕਣੀ ਪਈ ਤਾਂ ਸਾਡੇ ਵੀਰ ਭੈਣ ਥੱਲੇ ਲਿਖ ਦੇਣ ਟੈਣਾ ਸਾਹਿਬ ਕੱਲ ਦਾ ਪਤਾ ਕੋਈ ਨਹੀਂ 15 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਗਰਮੀ ਨੇ ਜ਼ੋਰ ਫੜਨਾ ਇਹ ਮੈਂ 15 ਤਰੀਕ ਵਾਲੀ ਹੀ ਗੱਲ ਕਰ ਰਹੀ ਹਾਂ ਉਸ ਤੋਂ ਪਹਿਲਾਂ ਜੇ ਮੀਂਹ ਪੈ ਗਿਆ ਤਾਂ ਫਿਰ ਗਰਮੀ ਜ਼ੋਰ ਨਹੀਂ ਫੜੂਗੀ ਚਲੋ ਮੌਕਾ ਦੱਸੂਗਾ ਪਰ ਇਹ ਗੱਲ ਕਹੀ ਆ ਮੇਰੇ ਤੇ ਯਕੀਨ ਕਰੋ ਸੌ ਲੱਗੇ ਵੱਡੇ ਮਹਾਰਾਜ ਦੀ ਚਲੋ ਕਰ ਲਓ ਯਕੀਨ ਬਾਕੀ ਨਾਲ ਨਾਲ ਅਸੀਂ ਹਰ ਰੋਜ਼ ਹੀ ਆਉਣਾ ਇੱਥੇ ਹਾਂ ਆਪਣੇ ਪਰਿਵਾਰਕ ਜੀਆਂ ਨੂੰ ਮਿਲਣ ਆਉਨੇ ਆ ਦੱਸ ਦਿਆਂਗੇ ਵੀ ਕੀ ਹੋਇਆ ਬਿਲਕੁਲ ਸਹੀ ਗੱਲ ਹੈ ਨਾ ਟੈਣਾ ਸਾਹਿਬ ਜੱਜ ਦਾ ਵਿਚਾਰ ਅੱਜ ਪਹਿਲ ਤੁਹਾਡੀ ਹੁਣੇ ਨਹੀਂ ਕਹਣਾ ਨਾ ਨਾ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਚਲੋ ਫਿਰ ਸੁਣੋ ਗੌਰ ਨਾਲ ਹਾਂ ਸੱਚ ਲਿਖਿਆ ਹੈ ਕਿ ਸਨੇ ਟੈਣਾ ਸਾਹਿਬ ਕਹਿੰਦੇ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਵਕਤ ਇਹੋ ਜਿਹਾ ਜ਼ਰੂਰ ਆਉਂਦਾ ਹੈ ਅੱਛਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਨਾ ਇੱਕ ਦਿਨ ਇਹੋ ਜਿਹਾ ਵਕਤ ਜ਼ਰੂਰ ਆਉਂਦਾ ਜਦੋਂ ਇਹ ਸੋਚਦਾ ਕਿ ਕੁਝ ਕੁ ਲੋਕਾਂ ਨੂੰ ਜੇ ਮੈਂ ਜ਼ਿੰਦਗੀ ਚ ਨਾ ਮਿਲਿਆ ਹੁੰਦਾ ਤਾਂ ਚੰਗਾ ਹੁੰਦਾ ਇਹ ਤਾਂ ਗੱਲ ਸੱਚ ਆ ਇਹ ਗੱਲ ਬਿਲਕੁਲ ਸੱਚ ਆ ਜੀ ਵੀ ਇੱਕ ਨਾ ਇੱਕ ਦਿਨ ਤਾਂ ਅਸੀਂ ਬੈਠ ਕੇ ਸੋਚਦੇ ਆ ਨਾ ਵਾਹ ਇਹ ਤਾਂ ਚਲੋ ਸਾਡਾ ਸੋਚਣ ਵਾਲਾ ਕੰਮ ਹੈ ਨਹੀਂਗਾ ਬਹੁਤਾ ਪਰ ਕਦੇ ਨਾ ਕਦੇ ਤਾਂ ਅਸੀਂ ਸੋਚਦੇ ਆ ਵੀ ਯਾਰ ਜਿਹੜਾ ਫਲਾਣਾ ਬੰਦਾ ਜੇਕਰ ਉਹਦੇ ਨਾਲ ਸਾਡਾ ਰਾਬਤਾ ਹੋਇਆ ਹੀ ਨਾ ਹੁੰਦਾ ਤਾਂ ਉਹ ਸਾਡੇ ਗੱਜੜਾਂ ਦੇ ਵਿੱਚ ਨਾ ਬੈਠਾ ਹੁੰਦਾ ਸਹੀ ਉਹ ਵੀ ਸ਼ਾਇਦ ਇਹ ਸੋਚਦਾ ਹੋਵੇ ਸਾਡੇ ਬਾਰੇ ਕਿ ਯਾਰ ਜੇ ਕਿਤੇ ਇਹ ਨਾ ਮਿਲਿਆ ਹੁੰਦਾ ਤੇ ਚੰਗੇ ਭਲੇ ਦਿਨ ਹੋਰ ਵੀ ਹੁੰਦੇ ਕਿਤੇ ਨਾ ਕਿਤੇ ਤੁਸੀਂ ਨਾ ਸੋਚਦੇ ਆਂ ਵੀ ਫਲਾਣਾ ਰਿਸ਼ਤੇਦਾਰ ਸਾਡਾ ਆਪਣਾ ਪਿਆਰਾ ਜਿਹਨੂੰ ਅਸੀਂ ਪਿਆਰਾ ਮੰਨ ਬੈਠੇ ਉਹ ਵਿੱਚ ਹੋਰ ਕੁਝ ਨਿਕਲਿਆ ਠੋਕਲਾ ਨਵੇਂ ਛੱਟ ਗਿਆ ਉਹ ਸੋ ਇਹੀ ਜ਼ਿੰਦਗੀ ਦੇ ਤਜਰਬੇ ਆ ਜੀ ਬਿਲਕੁਲ ਜ਼ਿੰਦਗੀ ਇੱਕ ਤਜਰਬੇ ਦਾ ਨਾ ਜ਼ਿੰਦਗੀ ਜਰਬਾਂ ਤਕਸੀਮਾਂ ਦਾ ਨਾ ਨਹੀਂ ਆ ਐਵੇਂ ਹੀ ਕਰਦੇ ਰਹਿੰਨੇ ਆ ਜੇ ਇੱਕ ਤੇ ਸਾਲ ਬਾਅਦ ਐਂ ਕਰਤਾ ਮੈਂ ਤਾਂ ਕੋਕੇ ਜੜ ਦੂੰ ਹੂੰ ਐ ਨਹੀਂ ਹੁੰਦਾ ਪਰ ਮੈਨੂੰ ਇਹ ਲੱਗਦਾ ਟਾਣਾ ਸਾਬ ਵੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਕਿਸੇ ਦੇ ਨਾਲ ਵੀ ਰਿਸ਼ਤਾ ਰੱਖਦੇ ਹੋ ਨਾ ਤੇ ਉਹ ਰਿਸ਼ਤਾ ਸਕੇ ਬਣ ਕੇ ਰੱਖੋ ਹਾਂ ਉਹ ਰਿਸ਼ਤਾ ਜੇ ਤੁਸੀਂ ਨਿਭਾ ਰਹੇ ਹੋ ਤਾਂ 100% ਦੀ ਹੋ ਕੇ ਨਿਭਾਓ ਦਿਖਾਵੇ ਦਾ ਰਿਸ਼ਤਾ ਕਦੇ ਵੀ ਉਹ ਕਾਮਯਾਬ ਨਹੀਂ ਹੁੰਦਾ ਤੁਸੀਂ ਅੱਜ ਦਿਖਾਵਾ ਕਰ ਲੋਗੇ ਕੱਲ ਕਰ ਲੋਗੇ 4 ਦਿਨ ਹੋਰ ਕਰ ਲੋਗੇ ਇਹ ਦਿਖਾਵਾ ਇੱਕ ਨਾ ਇੱਕ ਦਿਨੇ ਰਿਸ਼ਤਾ ਟੁੱਟਦਾ ਜ਼ਰੂਰ ਹੈ ਹੈਨਾ ਚਾਹੇ ਕੋਈ ਵੀ ਰਿਸ਼ਤਾ ਹੋਵੇ ਸੋ ਜੇਕਰ ਤੁਸੀਂ ਕਿਸੇ ਦੇ ਨਾਲ ਜੁੜੇ ਹੋ ਤਾਂ 100% ਦੀ ਜੁੜੋ ਜੇ ਨਹੀਂ ਜੁੜੇ ਹੋ ਤਾਂ ਫਿਰ ਠੀਕ ਆ ਭਾਈਓ ਆਪਣੇ ਰਾਹ ਮੈਂ ਆਪਣੇ ਰਾਹ ਝੂਠਾ ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਆ। ਬਿਲਕੁਲ ਸਹੀ। ਹੁਣ 10 ਵਾਲਾ ਚੱਜ ਦਾ ਵਿਚਾਰ ਸੁਣੋ। ਸੁਣਾ ਦਿਓ। ਗੌਰ ਦੇ ਨਾਲ ਸੁਣਿਓ। ਹੂੰ। ਕਿ ਜ਼ਿੰਦਗੀ ਦੇ ਇਮਤਿਹਾਨ ਦੇ ਵਿੱਚ ਭਾਵੇਂ ਸਾਨੂੰ ਅੰਕ ਮਿਲਣ ਜਾਂ ਨਾ ਮਿਲਣ। ਜ਼ਿੰਦਗੀ ਦੇ ਇਮਤਿਹਾਨ ਦੇ ਵਿੱਚ ਜ਼ਰੂਰੀ ਨਹੀਂ ਵੀ ਅੰਕ ਮਿਲਣ। ਹੋ ਸਕਦਾ ਅੰਕ ਨਾ ਵੀ ਮਿਲਣ। ਪਰ ਜਨੋਂ ਕੋਈ ਤੁਹਾਡੀ ਪਿੱਠ ਪਿੱਛੇ ਇਹ ਗੱਲ ਕਹਿੰਦਾ ਵੀ ਬੰਦਾ ਵਧੀਆ ਸਮਝ ਲਓ ਪਾਸ ਹੋਗੇ। ਕੀ ਬਾਤ ਹੈ? ਮੂੰਹ ਤੇ ਸਾਰੀ ਕਹਿੰਦੇ ਆ ਵੀਰ ਜੀ ਹੀਰਾ ਧਾਨਾ ਉਹ ਮਾਂ ਜਿਹਨਾਂ ਨੇ ਜਾਇਆ। ਇਹ ਕਰਮਾਂ ਵਾਲਿਆਂ ਮਾਮਾ ਨੂੰ ਮਿਲਦੇ ਆ ਪਿੱਠ ਘਮਾਉਣੇ ਆ ਕਹਿੰਗੇ ਇਹ ਮਾਨਕੀ ਕਰਤਾ ਇਹ ਐਟਮ ਕਿੱਥੋਂ ਆ ਗਈ ਹਾਂ ਮਤਲਬ ਇਹ ਵੀ ਜਦੋਂ ਪਿੱਠ ਪਿੱਛੇ ਤੁਹਾਡੀ ਗੱਲ ਹੋਵੇ ਨਾ ਵੀ ਯਾਰ ਬੰਦਾ ਚੰਗਾ ਹੀਰਾ ਤੇ ਜਿਉਂਦੇ ਜੀ ਹੀ ਗੱਲ ਤੁਹਾਡੇ ਬਾਰੇ ਹੋ ਜੇ ਤੁਹਾਡੇ ਤੱਕ ਪਹੁੰਚੇ ਨਾ ਪਹੁੰਚੇ ਤੁਸੀਂ ਜ਼ਿੰਦਗੀ ਦੇ ਇਮਤਿਹਾਨ ਦੇ ਵਿੱਚੋਂ ਪਾਸ ਹੋਗੇ ਹੂੰ ਤੇ ਕਿਸੇ ਦੀ ਚੰਗਿਆਈ ਹਜ਼ਮ ਵੀ ਕਰਿਆ ਕਰੀਏ ਸਾਡੇ ਚ ਬਹੁਤਿਆਂ ਦੀ ਇਹ ਸਮੱਸਿਆ ਹੁੰਦੀ ਹੈ ਟਾਣਾ ਸਾਹਿਬ ਮੰਨ ਲਓ ਕਿ ਤਿੰਨ ਚਾਰ ਬੰਦੇ ਬੈਠੇ ਨੇ ਕਿਸੇ ਇੱਕ ਨੇ ਕਹਿਤਾ ਵੀ ਫਲਾਣਾ ਬੰਦਾ ਤਾਂ ਭਾਈ ਹੀਰਾ ਹੈ ਫਲਾਣਾ ਬੰਦਾ ਬਹੁਤ ਚੰਗਾ ਹੈ ਫਲਾਣਾ ਬੰਦਾ ਬਹੁਤ ਚੰਗਾ ਕੰਮ ਕਰ ਰਿਹਾ ਸਮਾਜ ਦੇ ਲਈ ਹੈਨਾ ਇਹਨੂੰ ਮੈਂ ਜਾਣਦੇ ਨੇ ਬਹੁਤ ਮਿਹਨਤ ਦੇ ਨਾਲ ਕੋਈ ਮੁਕਾਮ ਹਾਸਲ ਕੀਤਾ ਹੈ ਤੇ ਕੋਈ ਨਾ ਕੋਈ ਇੱਕ ਟੁੱੱਚਾ ਡਾਉਣ ਵਾਲਾ ਜ਼ਰੂਰ ਹੁੰਦਾ ਪਤਾ ਮੈਨੂੰ ਹੂੰ ਉਹ ਐ ਨਹੀਂ ਹੈ ਜਿਵੇਂ ਤੂੰ ਸੋਚੀ ਜਾਂਦਾ ਹੈ ਇਹ ਤਾਂ ਜੱਕ ਲੱਗਿਆ ਹੋਇਆ ਸੂਤ ਲੱਗਿਆ ਹੋਇਆ ਸੋ ਆਪਾਂ ਕਿਸੇ ਦੀ ਤਾਰੀਫ ਹਜ਼ਮ ਵੀ ਕਰਿਆ ਕਰੀਏ ਜ਼ਿੰਦਗੀ ਦੇ ਵਿੱਚ ਪ੍ਰਸ਼ੰਸਾ ਕਰਨੀ ਵੀ ਸਿੱਖੀਏ ਝੂਠੀ ਨਹੀਂ ਸੱਚੀ ਵੀ ਐਵੇਂ ਪੰਪ ਦੇਣ ਵਾਲੀ ਨਹੀਂ ਹੂੰ ਸੱਚੀ ਮੁੱਚੀ ਵਾਲੀ ਪ੍ਰਸ਼ੰਸਾ ਵੀ ਭਾਈ ਆ ਤੇਰੇ ਪੁੱਤ ਨੇ ਬਹੁਤ ਸੋੜਾ ਕਮਾਲ ਦਾ ਕੰਮ ਕੀਤਾ ਜੀ ਯਾਰ ਮੇਰਾ ਪੁੱਤ ਵੀ ਇਹੋ ਜਿਹਾ ਕੰਮ ਕਰੇ ਮੇਰੀ ਦਿਲੀ ਇੱਛਾ ਤੇਰੀ ਧੀ ਨੇ ਕਮਾਲ ਦੇ ਕੰਮ ਕੀਤੇ ਆ ਪੜ੍ਹਾਈ ਦੇ ਵਿੱਚ ਅਵਲਾ ਯਾਰ ਤੇਰਾ ਖੇਤ ਬੜਾ ਪਿਆਰਾ ਤੂੰ ਬੜਾ ਸੋਹਣਾ ਵਾਇਆ ਯਾਰ ਤੁਹਾਡਾ ਝਾੜ ਸੱਚੀ ਮੁੱਚੀ ਬਹੁਤ ਵਧੀਆ ਨਿਕਲਿਆ ਯਾਰ ਥੋੜਾ ਟਰੈਕਟਰ ਬੜਾ ਪਿਆਰਾ ਯਾਰ ਤੇਰੀ ਬੇਬੇ ਦੀ ਐਣਕ ਬੜੀ ਪਿਆਰੀ ਹੈ ਹਾਂ ਤੇਰੀ ਬੇਬੇ ਹੀ ਪਿਆਰੀ ਹੈ ਤਰੀਫ ਕਰਿਆ ਕਰੀ ਸਿਫਤ ਕਰਨੀ ਵੀ ਸਿੱਖੀਏ ਜੀ ਮਚੂ ਮਚੂ ਨਹੀਂ ਕਰਨਾ ਹਮੇਸ਼ਾ ਹੀ ਵੀ ਜੇ ਬੰਦਾ ਕਹੇ ਮੇਰੇ ਮੁੰਡੇ ਨੂੰ ਨੌਕਰੀ ਮਿਲ ਗਈ ਵੇਖ ਲਾਂਗੇ ਫਿਰ ਕਿੰਨਾ ਖਚਰ ਕਰਦਾ ਪਹਿਲਾਂ ਹੀ ਤੂੰ ਚੜਾ ਦੇਣੀ ਆ ਲੈ ਇਹ ਕਿੱਥੇ ਕੱਟਣੀਆਂ ਨੇ ਇਹ ਦੋ ਆ ਮਹੀਨਾ ਚ ਚਪੇੜੇ ਖਾ ਕੇ ਆ ਲੈ ਲੋ ਜੀ ਐ ਨਾ ਕਰਿਆ ਕਰੋ ਜਰਿਆ ਕਰੋ ਉਹਨੂੰ ਕੋ ਵੀ ਕਿਵੇਂ ਲੱਗੀ ਮੈਨੂੰ ਵੀ ਦੱਸ ਮੈਂ ਵੀ ਆਪਣੇ ਪੁੱਤਰੇ ਪੁੱਤਰੇ ਕਦੇ ਕਦੇ ਮਾੜਾ ਹੋਊਗਾ ਆਪਾਂ ਕਮਗੇ ਆਪਣੀ ਸੁਣ ਲਈ ਮਹਾਰਾਜ ਨੇ ਕਹਤੇ ਸੁਣ ਲਈ ਚੰਗੇ ਸੁਣਾ ਲੀਏ ਮਹਾਰਾਜ ਨੂੰ ਹਾਂ ਉਹ ਵੀ ਹਾਜ਼ਰ ਹੈ ਚੰਚੀ ਦਾ ਵੀ ਚਾਹ ਤਨਸਾਹ ਇੱਕ ਗੀਤ ਬੜਾ ਮਸ਼ਹੂਰ ਹੋਇਆ ਸ਼ੋਭ ਦਾ ਗਾਣੇ ਕਈ ਵਾਰੀ ਇੰਨੇ ਪਿਆਰੇ ਹੁੰਦੇ ਆ ਉਹ ਮਸ਼ਹੂਰ ਹੋ ਜਾਂਦੇ ਆ ਹੂੰ ਉਹ ਸਭ ਦੇ ਹੁੰਦੇ ਆ ਸ਼ੁਭ ਵੇਲਾ ਹੋਵੇ ਜੰਗਾ ਵੇਲਾ ਹੋਵੇ ਸਭ ਦੇ ਗਾਣੇ ਚੱਲੇ ਜਾਂਦੇ ਆ ਜੀ ਚੱਲ ਜਾਂਦੇ ਆ ਪਰ ਨਾ ਕਈ ਵਾਰ ਬੰਦਾ ਜੋ ਕਹਿ ਬੰਦਾ ਨਾ ਉਹ ਨੂੰ ਸ਼ਾਇਦ ਥੇਤਾ ਨਹੀਂ ਰਹਿੰਦਾ ਸਾਈਕਲ ਦਾ ਵੀ ਸਟੈਂਡ ਹੁੰਦਾ ਬੰਦੇ ਦਾ ਵੀ ਸਟੈਂਡ ਹੋਣਾ ਚਾਹੀਦਾ ਤੇ ਇਹ ਸ਼ੁਭ ਦੀ ਹੀ ਗੱਲ ਮੈਂ ਕਰਨ ਲੱਗੀ ਸੀ ਟਣਾ ਸਾਹਿਬ ਸ਼ੁਭ ਦਾ ਗਾਣਾ ਬੜਾ ਮਸ਼ਹੂਰ ਹੋਇਆ ਚੈੱਕ ਚੈੱਕ ਕਰੀ ਚੈੱਕ ਨਹੀਂ ਹਾਂ ਹੈਨਾ ਉਹ ਚੋ ਕਹਿੰਦਾ ਬੀਬਾ ਜੱਟ ਦੀ ਤਾਂ ਚੱਲੇ ਸਰਦਾਰੀ ਹਾਂ ਅੱਛਾ ਇਦਾਂ ਉਹ ਗੀਤ ਆ ਬਹੁਤ ਮਸ਼ਹੂਰ ਗੀਤ ਆ ਤੇ ਉਹ ਬੀਬੀ ਜਿਹੜੀ ਕਿ ਨੁਕਸ ਕੱਢਦੀ ਹੁੰਦੀ ਸੀ ਜਿਹੜੀ ਟੁੱੱਚੜਾ ਡਾਂਦੀ ਹੁੰਦੀ ਸੀ ਜਿਹਨੂੰ ਹਰ ਗੱਲ ਜਿਹੜੀ ਅਸ਼ੁਭ ਦੀ ਉਹ ਮਾੜ ਕਹਿੰਦੇ ਉਹਨੇ ਇੰਸਟਾਗ੍ਰam ਦੀ ਆਪਣੀ ਜਿਹੜੀ ਸਟੋਰੀ ਆ ਉੱਤੇ ਸ਼ੁਭ ਦਾ ਗੀਤ ਲਾਤਾ ਬਿਲਕੁਲ ਮੈਂ ਤੁਹਾਨੂੰ ਪੂਰੀ ਗੱਲ ਦੱਸਦਾ ਵੀ ਸ਼ੁਭ ਜਿਹੜਾ ਨਵੇਂਪੁਰ ਦਾ ਕਲਾਕਾਰ ਹੂੰ ਜਿਹਨੇ ਕਿ ਬਾਹਰਲੇ ਮੁਲਕ ਦੇ ਵਿੱਚ ਇੱਕ ਥਾਂ ਤੇ ਪ੍ਰੋਗਰਾਮ ਕਰਦਿਆਂ ਆਪਦੀ ਹੁੱਡੀ ਲਾਈ ਸੀ ਤੇ ਉਹਦੇ ਤੋਂ ਬਾਅਦ ਟਿੱਪਣੀਆਂ ਕੀਤੀਆਂ ਸੀ ਕੰਗੜਾ ਰਣੌਤ ਨੇ ਉਨੇ ਕਹੇ ਸੀ ਕਿ ਦੇਖੋ ਜੀ ਆ ਜਿਹੜੇ ਪ੍ਰਧਾਨ ਮੰਤਰੀ ਦੇ ਕਤਲ ਵਾਲੇ ਲੋਕ ਆ ਪ੍ਰਧਾਨ ਮੰਤਰੀ ਬਾਰੇ ਆ ਸੋਚ ਰੱਖਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਸੀ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਦੇ ਬਾਰੇ ਵੀ ਹੋਈਆਂ ਜਾਣ ਕੇ ਕੰਗਣਾ ਦੇ ਬਾਰੇ ਵੀ ਤੇ ਕੰਗਣਾ ਚੁੱਪ ਰਹਿਣ ਵਾਲੇ ਲੋਕਾਂ ਦੇ ਵਿੱਚੋਂ ਨਹੀਂ ਹੈਗੀ ਕਦੇ ਉਹ ਦਲਜੀਤ ਤੇ ਯਾਰ ਲਾਉਂਦੀ ਆ ਕਦੇ ਬੇਬੇ ਮਹਿੰਦਰ ਕੌਰ ਤੇ ਯਾਰ ਲਾਉਂਦੀ ਆ ਕਦੇ ਕਿਸਾਨ ਅੰਦੋਲਨ ਨੂੰ ਭੰਡਦੀ ਆ ਪਰ ਹੁਣ ਮੇਰੇ ਖਿਆਲ ਮੁਖਤਾਰਾ ਦੇ ਵਿੱਚ ਮੜੀ ਜੀ ਆਈ ਆ ਇਹਨੇ ਆਪਣੇ ਭਤੀਜੇ ਦੀ ਨਿੱਕੇ ਜਿਹੇ ਭਤੀਜ ਜਿਹਦੀ ਖੱਬੇ ਪਾਸੇ ਨੂੰ ਜੀਬ ਕੱਢੀ ਆ ਐ ਕਰਕੇ ਹਾਂ ਉਹਦੀ ਪਾਈ ਆ ਫੋਟੋ ਇੰਸਟਾਗ੍ਰam ਤੇ ਤੇ ਪਿੱਛੇ ਕਿੱਕਨੀ ਕਰੀ ਚੱਕਨੀ ਉਹੀ ਸ਼ਬਦ ਦਾ ਗਾਣਾ ਲਾਇਆ ਜੀ ਮਤਲਬ ਇਹ ਆ ਵੀ ਪਾਈ ਗੁੱਸੇ ਗਲੇ ਉਹ ਭਲਾਉਣ ਦੇ ਵਾਲੇ ਤਰੀ ਆ ਪਰ ਇੱਕ ਗੱਲ ਹੋਰ ਬੜੀ ਅਵਲੀ ਸਾਹਮਣੇ ਆਈ ਆ ਕੀ ਆ ਅਮਬਾਨੀਆਂ ਦਾ ਵਿਆਹ ਹੋਇਆ ਉਹਨਾਂ ਨੇ ਮੁੰਡਾ ਵਿਆਹ ਹਲੇ ਵਿਆਹ ਨਹੀਂ ਹੋਇਆ ਟਾਣਾ ਸਾਹਿਬ ਉਹ ਪ੍ਰੀ ਵੈਡਿੰਗ ਆ ਤੇ 11-1200 ਕਰੋੜ ਰੁਪਇਆ ਲਾ ਕੇ ਭਾਵੇਂ ਅੱਧੇ ਪੰਜਾਬ ਦਾ ਵਿਆਹ ਕਰ ਦਿੰਦੇ ਨਹੀਂ ਨਹੀਂ ਹਾਲੇ ਇਹ ਵਿਆਹ ਨਹੀਂ ਹੋਇਆ ਟਾਣਾ ਸਾਹਿਬ ਹਾਲੇ ਤਾਂ ਵਿਆਹ ਤੋਂ ਪਹਿਲਾਂ ਵਾਲੀਆਂ ਖੁਸ਼ੀਆਂ ਪਾਰਟੀਆਂ ਕੀਤੀਆਂ ਗਈਆਂ ਨੇ ਵਿਆਹ ਤਾਂ ਜੁਲਾਈ 'ਚ ਜਾ ਕੇ ਆ ਚਲੋ ਜਦੋਂ ਵੀ ਆ ਬਹੁਤ ਵਧੀਆ ਗੱਲ ਆ ਮਰਚੰਟ ਵੀ ਬਹੁਤ ਚੰਗੀ ਕੁੜੀ ਆ ਅਮਾਨੀਂਗਾ ਨੰਮਾ ਵੀ ਬਹੁਤ ਚੰਗਾ ਨਹੀਂ ਆਪਾਂ ਜਾਣਦੇ ਆ ਰਾਜਾ ਸਾਰੀ ਚੰਗੇ ਹੁੰਦੇ ਆ ਸਾਰੀ ਚੰਗੇ ਰਹਿਣ ਹਾਂਜੀ ਸਾਰਿਆਂ ਦੇ ਜੋੜੇ ਬਣੇ ਰਹਿਣ ਪਰ ਗੱਲ ਇਹ ਆ ਵੀ ਉੱਥੇ ਹੁਣ ਜਾ ਕੇ ਸ਼ਾਹਰੂਖ ਖਾਨ ਨੇ ਭੰਗੜਾ ਪਾਇਆ ਆਮਰ ਖਾਨ ਨੇ ਵੀ ਪਾਇਆ ਆਮਰ ਖਾਨ ਸਲਮਾਨ ਖਾਨ ਨੇ ਵੀ ਹੂੰ ਉੱਥੇ ਦਿਲਜੀਤ ਉਹ ਸਾਂਝ ਨੇ ਗਾਣੇ ਪੇਸ਼ ਕੀਤੇ ਕਰੀਨਾ ਕਪੂਰ ਵੀ ਬੜਾ ਨੱਚੀ ਹੈ ਰਹਿਾਨਾ ਵੀ ਆਈ ਮੈਂ ਨਾ ਵੀ ਉੱਥੇ ਜਾਮਨਗਰ ਐਡਾ ਨਾ ਮਾਹੌਲ ਬਣ ਗਿਆ ਜੀ ਵੀ ਲੱਗਦਾ ਸੀ ਵੀ ਦੁਨੀਆ ਦੇ ਸਭ ਤੋਂ ਵੱਧ ਕਲਾਕਾਰ ਕਿੱਥੇ ਪੈ ਜਾਂਦੇ ਹਨ ਜਾਮਨਗਰ ਵਿੱਚ ਜਾਮਨਗਰ ਤੇ ਕਿਉਂ ਲੱਗਦਾ ਸੀ ਪਰ ਕੰਗੜਾ ਨੂੰ ਬੁਲਾਇਆ ਨਹੀਂਗਾ ਇਹ ਹਮ ਤਾਂ ਹੁਣ ਸਾਨੂੰ ਵੀ ਨਹੀਂ ਬੁਲਾਇਆ ਸੀ ਕਿ ਕਿ ਭਾਈ ਬੰਦੇ ਗੱਲ ਤਾਂ ਹੋ ਪਰ ਕੰਗੜਾ ਨੂੰ ਨਹੀਂ ਬੁਲਾਇਆ ਤੇ ਉਹ ਅੰਦਰੋਂ ਭੁੱਜੀ ਪਈ ਆ ਉਹਨੇ ਪਤਾ ਕੀ ਕਿਹਾ ਕਿ ਲਤਾ ਮੰਗੇਸ਼ਕਰ ਜੀ ਨੇ ਇੱਕ ਵਾਰੀ ਕਿਹਾ ਸੀ ਕਿ ਮੈਨੂੰ ਭਾਵੇਂ ਮਿਲੀਅਨ ਡਾਲਰ ਵੰਡ ਪਰ ਮੈਂ ਕਿਸੇ ਦੇ ਵਿਆਹਾਂ ਦੇ ਉੱਤੇ ਨੱਚਣ ਗਾਉਣ ਵਾਲਾ ਕੰਮ ਨਹੀਂ ਕਰਦੀ ਜੀ ਅਖਬਾਰ ਦੀ ਉਹ ਹੈਡਿੰਗ ਵੀ ਉਹਨਾਂ ਨੇ ਸ਼ੇਅਰ ਕੀਤੀ ਜਿਹਦੇ ਵਿੱਚ ਉਹ ਲਿਖਿਆ ਹੋਇਆ ਹੈ ਕਿ ਲਤਾ ਮੰਗੇਸ਼ਕਰ ਹੋਰਾਂ ਦਾ ਕਹਿੰਦਾ ਕਿ ਚਾਹੇ ਮੈਨੂੰ ਕੋਈ 5 ਮਿਲੀਅਨ ਡਾਲਰ ਦੇਵੇ ਮੈਂ ਤਾਂ ਵੀ ਵਿਆਹਾਂ 'ਚ ਜਾ ਕੇ ਨਹੀਂ ਗਾਉਂਗੀ ਤੇ ਉਹ ਕਹਿੰਦੀ ਕੰਗੜਾ ਨਾਉਤ ਨਹੀਂ ਗੱਲ ਕਹੀ ਆ ਕਿ ਨਹੀਂ ਦੇਖੋ ਜੇ ਅਸੀਂ ਦੋ ਜਣੀਆਂ ਹੀ ਆ ਇੱਕ ਲਤਾ ਮੰਗੇਸ਼ਕਰ ਦੀ ਦੂਜੀ ਮੈਂ ਮੈਂ ਵਿਆਹਾਂ ਦੇ ਉੱਤੇ ਜਾ ਕੇ ਨੱਚਣ ਦਾ ਕੰਮ ਨਹੀਂ ਕਰਦੀ ਮੈਂ ਬੜੇ ਸੰਘਰਸ਼ ਦੇ ਵਿੱਚੋਂ ਨਿਕਲੀ ਆ ਮੈਂ ਤਪਦੀ ਭੱਟੀ ਚੋਂ ਨਿਕਲੀ ਆ ਇਸ ਕਰਕੇ ਮੇਰਾ ਕੋਈ ਸਵੈ ਸਨਮਾਨ ਆ ਮੈਂ ਸੰਘਰਸ਼ ਦੇ ਨਾਲ ਮੌਜੂਦਾ ਮਕਾਮ ਤੇ ਪਹੁੰਚੀ ਆ ਤੇ ਸਭ ਤੋਂ ਵੱਡੀ ਗੱਲ ਉਹ ਕਹਿੰਦੀ ਵੀ ਆਪਣੀ ਇੱਜ਼ਤ ਸਨਮਾਨ ਬਚਾਉਣਾ ਤੇ ਵਧਾਉਣਾ ਆਪਦੇ ਹਿੱਸੇ ਦੇ ਵਿੱਚ ਆਇਆ ਉਹ ਕਹਿੰਦੀ ਜਿਗਰਾ ਹੋਣਾ ਚਾਹੀਦਾ ਨਾ ਕਹਿਣ ਦਾ ਵੀ ਅਸੀਂ ਨਹੀਂ ਪੈਸਿਆਂ ਪਿੱਛੇ ਵਿਆਹ ਦੇ ਵਿੱਚ ਆਉਣਾ ਹੁਣ ਮੇਰੀ ਇੱਕ ਬੇਨਤੀ ਆ ਤੇ ਸਵਾਲ ਵੀ ਕੰਗੜਾ ਰਣੌਤ ਉਸ ਕਾਰਡ ਨੂੰ ਜ਼ਰੂਰ ਸਾਂਝਾ ਕਰੇ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਤੁਸੀਂ ਪਰਿਵਾਰ ਸਮੇਤ ਆਉਣਾ ਕੰਗਣਾ ਰਣੌਤ ਤੇ ਸਮੇਤ ਪਰਿਵਾਰ ਜਿਹੜੇ ਕਾਰਡ ਤੇ ਲਿਖਿਆ ਹੋਇਆ ਨਾ ਇੱਕ ਤਾਂ ਉਹ ਜ਼ਰੂਰ ਸਾਂਝਾ ਕਰੇ ਦੂਜਾ ਵੀ ਉਹਨਾਂ ਨੇ ਇਹ ਗੱਲ ਕਹੀ ਹੋਵੇ ਵੀ ਤੁਸੀਂ ਆ ਕੇ ਨੱਚਣਾ ਹੂੰ ਵੀ ਐਨੇ ਕਰੋੜ ਦੇਵਾਂਗੇ ਤੁਸੀਂ ਨੱਚਣਾ ਜ਼ਰੂਰ ਆ ਤੁਸੀਂ ਕਰਤੀ ਨਾ ਵੀ 5 ਕਰੋੜ ਭਾਵੇਂ 50 ਹੋਵੇ ਗੋ ਆਈ ਸੈਟ ਯੂ ਕੈਨ ਗੋ ਹਾਏ ਹਾਏ ਅੰਗਰੇਜ਼ੀ ਹਾਂ ਉਹਨਾਂ ਨੇ ਉੱਥੇ ਜਾ ਕੇ ਵੀ ਤਾਂ ਅੰਗਰੇਜ਼ੀ ਛੱਡਣੀ ਹੁੰਦੀ ਆ ਜੀ ਆਪਾਂ ਨੂੰ ਜਦੋਂ ਬੁਲਾਇਆ ਨਹੀਂ ਸੱਦਾ ਪੱਤਰ ਆਇਆ ਨਹੀਂ ਹੂੰ ਆਪਾਂ ਨੂੰ ਨੱਚਣ ਵਾਸਤੇ ਕਿਹਾ ਨਹੀਂ ਹੂੰ ਤੇ ਆਪਾਂ ਐਡਾ ਵੱਡਾ ਕੰਮ ਕਿਉਂ ਕਰਦੇ ਆ ਨਹੀਂ ਨਾਲੇ ਜੇ ਉਹਨਾਂ ਨੂੰ ਵਿਆਹ ਤੇ ਸੱਦਿਆ ਸੀ ਅਮੀਰ ਖਾਨ ਹੋਰਾਂ ਦੀ ਇਹ ਗੱਲ ਕਰਦੇ ਨੇ ਸਲਮਾਨ ਖਾਨ ਸ਼ਾਹਰੁਖ ਖਾਨ ਹੋਰਾਂ ਦੀ ਬਾਲੀਵੁੱਡ ਵਾਲਿਆਂ ਦੀ ਗੱਲ ਕਰਦੇ ਨੇ ਉਹ ਭਾਈ ਜੇ ਵਿਆਹ 'ਚ ਗਏ ਸੀ ਤਾਂ ਉੱਥੇ ਨੱਚਣਾ ਹੀ ਸੀ ਕੀ ਕਰਦੇ ਉੱਥੇ ਹੋਰ ਨਾਲੇ ਸਾਰੇ ਜਣੇ ਜਿੰਨੇ ਵੀ ਉਹਨਾਂ ਨੇ ਮੰਨ ਲਓ 2000 ਬੰਦਾ ਸੱਦਿਆ ਹੋਵੇ ਉਦਾਹਰਨ ਐ ਇੱਕ ਮੰਨ ਲਓ 2000 ਬੰਦਾ ਸੱਦਿਆ ਹੋਵੇ ਸਾਰੇ ਸਟੇਜ 'ਤੇ ਥੋੜੀ ਨੱਚੇ ਆ ਹੂੰ ਉਹ ਤਾਂ ਕੁਝ ਕੁ ਚੋਣਵੇਂ ਜਿਹੜੇ ਬਹੁਤ ਮਸ਼ਹੂਰ ਆ ਉਹਨਾਂ ਨੂੰ ਉਹਨੇ ਬੁਲਾਇਆ ਵੀ ਪਾਈ ਤੁਹਾਡੀ ਪਰਫਾਰਮੈਂਸ ਚਾਹੀਦੀ ਆ ਪੈਸੇ ਦੇ ਕੇ ਵੀ ਬੁਲਾਇਆ ਹੋਊਗਾ ਹੁਣ ਜਿੰਨੇ ਵੀ ਹੁਣ ਮੇਰੇ ਵਰਗਾ ਕੋਈ ਨਾਲ ਹੋਵੇ ਉਹਨੂੰ ਥੋੜੀ ਕਹਿਣਾ ਸੀ ਵੀ ਆ ਜਾ ਹਾਂ ਹੈਗੇ ਆ ਐ ਤੂੰ ਐ ਕਰ ਐ ਨਹੀਂ ਹੁੰਦਾ ਨਾਲੇ ਵਿਆਹਾਂ 'ਚ ਤਾਂ ਬੀਬਾ ਜੀ ਵੀ ਜਾਂਦੇ ਆ ਆ ਹੁਣੇ-ਹੁਣੇ ਆਮਿਰ ਖਾਨ ਹੋਰਾਂ ਦੀ ਬੇਟੀ ਦਾ ਵਿਆਹ ਹੋਇਆ ਉੱਥੇ ਬੀਬਾ ਜੀ ਪਹੁੰਚੇ ਸੀ ਉਸ ਤੋਂ ਇਲਾਵਾ ਸੋਨਮ ਕਪੂਰ ਦੇ ਵਿਆਹ ਦੇ ਵਿੱਚ ਪਹੁੰਚੇ ਸੀ ਤਾਂ ਉੱਥੇ ਜਾ ਕੇ ਕੀ ਗੱਲ ਆਪ ਇਹਨਾਂ ਨੇ ਕੋਈ ਖੁਸ਼ੀ ਨਹੀਂ ਬਣਾਈ ਵੇ ਕੋਈ ਗੱਲ ਹੁੰਦੀ ਦੱਸੋ ਫਿਰ ਤੁਸੀਂ ਕੱਲ ਨੂੰ ਪਤਾ ਲੱਗੂਗਾ ਵੀ ਭਾਈ ਅਨੰਤਾ ਮਾਨੀ ਦੀ ਕੋ ਸਟੋਰੀ ਲਾ ਲਈ ਹੈ ਹੁਣ ਸ਼ੁਭਤੀ ਲਾਈ ਹੈ ਹਾਂ ਤੁਹਾਨੂੰ ਕਿਸ ਨੇ ਕਿਹਾ ਕਰੇ ਵੀ 20 ਮਿੰਟ ਹੋਰ ਹ ਨਹੀਂ ਕਿਹਾ ਤੁਸੀਂ ਇੱਕੋ ਕਿਹਾ ਹੋਵੇ ਨਾ ਭਈਆ 30 ਮਿੰਟ ਲਗਾਉਂਗੀ ਮੈਂ ਠੁਮਕਾ ਲਗਾਉਂਗੀ ਹਾਂ ਬੱਲੋ ਬਾਵਰੀ ਗੀਤ ਗਾਉਂਗੀ ਆਏ ਹੇ ਹੇ ਕਦੇ ਨਹੀਂ ਕਿਹਾ ਭਈ ਗੱਲ ਹੁੰਦੀ ਕੋਈ ਨਾਲੇ ਗੱਲ ਇਹ ਹੈ ਜਟਾਣਾ ਸਾਹਿਬ ਵੈਸੇ ਵੀ ਚਾਹੇ ਕੋਈ ਵੀ ਹੋਵੇ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਮਸਲੇ ਦੇ ਵਿੱਚ ਆਪਾਂ ਲੱਤ ਫਸਾਉਣੀ ਫਸਾਉਣੀ ਹੈ ਹਰ ਇੱਕ ਤੇ ਆਪਾਂ ਟਿੱਪਣੀ ਕਰਨੀ ਕਰਨੀ ਆ ਉਹਦਾ ਸਵੈ ਸਨਮਾਨ ਅਸੀਂ ਸਤਿਕਾਰ ਕਰਦੇ ਆ ਜੇ ਤੁਸੀਂ ਨਹੀਂ ਗਏ ਠੀਕ ਹੈ ਤੁਹਾਡੀ ਮਰਜ਼ੀ ਸੀ ਹੈਨਾ ਉਹਨਾਂ ਨੇ ਨਹੀਂ ਸੱਦੇ ਉਹਨਾਂ ਦੀ ਮਰਜ਼ੀ ਸੀ ਤੇ ਆਪਾਂ ਜਿਹੜੇ ਗਏ ਨੇ ਉਹਨਾਂ 'ਚ ਨੁਕਸ ਕੱਢੀ ਜਾਈਏ ਭਾਈ ਇਹ ਕਿਉਂ ਗਏ ਇਹਨਾਂ ਦਾ ਫਰਜ਼ ਨਹੀਂ ਸੀ ਇਹ ਨੱਚੇ ਕਿਉਂ ਇਹ ਗਾਏ ਕਿਉਂ ਤੇ ਇਹ ਵੀ ਆਪਣਾ ਕੰਮ ਨਹੀਂ ਆ ਉਹਨਾਂ ਦੀ ਉਹ ਜਾਨਣਾ ਇਹ ਗੱਲ ਬਿਲਕੁਲ ਉਵੇਂ ਆ ਵੀ ਕਿਸੇ ਨੂੰ ਕੋਈ ਪੰਜਾਬੀ ਬੰਦਾ ਵਿਆਹ 'ਚ ਨਾ ਬੁਲਾਵੇ ਤੇ ਜਿਹਨੂੰ ਨਹੀਂ ਬੁਲਾਇਆ ਉਹ ਕਹੇ ਜੀ ਮੈਂ दारू ਨਹੀਂ ਪੀਂਦਾ ਜਦੋਂ ਮੈਨੂੰ ਕਹਤੋਂ ਬੁਲਾਉਣਾ ਨੜੇ ਵੈਸੇ ਵੀ ਟਾਣਾ ਸਾਹਿਬ ਵਿਆਹ ਚ ਜਿੰਨੇ ਆਉਂਦੇ ਸਾਰੇ ਪੀੜ੍ਹੀ ਥੋੜੀ ਆਉਂਦੇ ਐ ਇਹ ਤਾਂ ਥੋੜਾ ਜਿਹਾ ਹਜ਼ਮ ਵੀ ਕਰਨਾ ਚਾਹੀਦਾ ਬੀਬਾ ਜੀ ਨੂੰ ਵੀ ਨਹੀਂ ਸੱਜਿਆ ਤਾਂ ਠੀਕ ਨਹੀਂ ਸੱਜਿਆ ਤੁਹਾਡੀ ਫਰਮ ਚ ਚਲਦੀਆਂ ਮਹਾਰਾਜ ਕਿਰਪਾ ਕਰੇ ਤੁਹਾਡੇ ਤੇ ਹਾਂ ਰਿਕਾਰਡ ਤੋੜੀ ਜਾਂਦਾ ਤੁਸੀਂ ਬਿਜ਼ੀ ਹੋ ਲੱਕੜ ਦੇ ਘੋੜੇ ਢੜਾ ਰਹੇ ਹੋ ਹਾਂ ਆ ਵੀ ਹਾਜ਼ਰ ਹੈ ਚੰਚ ਦਾ ਮੀਚਾ ਟਾਣਾ ਸਾਹਿਬ ਅੱਜ ਕੱਲ ਮਨੋਰੰਜਨ ਦੀ ਕੋਈ ਕਮੀ ਨਹੀਂ ਆ ਪੰਜਾਬ ਚ ਕਿਤੇ ਵੀ ਨਹੀਂ ਬਈ ਜੇ ਤੁਹਾਨੂੰ ਨਹੀਂ ਨੱਚਣਾ ਆਉਂਦਾ ਨਾ ਰੀਲਾਂ ਦੇਖੋ ਹੂੰ ਤੁਹਾਨੂੰ ਨਹੀਂ ਗਾਣਾ ਆਉਂਦਾ ਕਿਸ ਨੂੰ ਗਾਲਾਂ ਕੱਢੋ ਹਾਂ ਅੱਜ ਕੱਲ ਸਾਰਿਆਂ ਦੇ ਕੋਲੇ ਸਰ ਤਰ੍ਹਾਂ ਦੇ ਮਨੋਰੰਜਨ ਹਰ ਤਰ੍ਹਾਂ ਦੇ ਮਨੋਰੰਜਨ ਦੇ ਵਿੱਚ ਬੰਦਾ ਲੀਨ ਆ ਨਹੀਂ ਪਰ ਅੱਜ ਕੱਲ ਮਨੋਰੰਜਨ ਦੇ ਲਈ ਨਾ ਤਾਂ ਗਾਣੇ ਸੁਣਨ ਦੀ ਲੋੜ ਆ ਨਾ ਤੁਹਾਨੂੰ ਫਿਲਮਾਂ ਵੇਖਣ ਦੀ ਲੋੜ ਆ ਨਾ ਚੁਟਕਲੇ ਸੁਣਨ ਦੀ ਲੋੜ ਆ ਕੁਝ ਵੀ ਕਰਨ ਦੀ ਲੋੜ ਨਹੀਂ ਆ ਕੁਝ ਕੁ ਦਿਨਾਂ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਲ ਰਿਹਾ ਉਹ ਵੇਖ ਲਓ ਮਨੋਰੰਜਨ ਪੂਰਾ ਹੈ ਬਜਟ ਸੈਸ਼ਨ ਦੀ ਗੱਲ ਚੱਲ ਰਹੀ ਹੈ ਹਮ ਬਜਟ ਸੈਸ਼ਨ 15 ਮਾਰਚ ਤੱਕ ਨਿਬੜ ਜਾਣਾ ਹਮ ਪਰ ਪੰਜਾਬ ਦੇ ਵੱਡੇ ਹਿੱਸੇ ਦੇ ਵੱਲੋਂ ਇੰਨੀਆਂ ਕਿ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਵੀ ਉਹ ਡਾਟਾ ਮਕਾਮ ਕਾ ਕੇ ਆਪਦਾ ਬਜਟ ਹਲਾਈ ਬੈਠੇ ਆ ਬਜਟ ਦੇ ਉੱਤੇ ਗੱਲ ਉਹ ਵੀ ਨਹੀਂ ਕਰਦੇ ਕਿਹਨੇ ਕੀ ਦੀ ਮੰਜੀ ਠੋਕਤੀ ਆ ਗੱਲ ਕਰ ਰਿਹਾ ਐਨੇ ਚੱਕਤਾ ਫਿਰ ਸਿੱਧਾ ਹੀ ਕਹਿਤਾ ਸਿੱਧਾ ਹੀ ਕਹਤਾ ਇਹ ਆ ਛੀਣਾ ਮਾ ਦਾ ਛੀਣਾ ਬੋਲਦਾ ਦੂਜਾ ਸਾਡੇ ਵਾਲਾ ਕੜਾ ਕਟਾ ਵੈਸੇ ਨਾ ਕਮਾਲ ਦੀ ਗੱਲ ਹੈ ਕੀ ਆ ਵੀ ਤੁਸੀਂ ਕਰੇ ਦੇਖਿਓ ਸਹੀ ਮੈਂ ਤਾਂ ਇਹਨੂੰ ਗੱਲ ਨੂੰ ਮਹਿਸੂਸ ਕਰਦਾ ਹੁੰਨਾ ਵੀ ਜੇ ਮੰਨ ਲਓ ਕਿ ਤੇ ਪੰਜਾਬੀ ਬੈਠੇ ਆ ਹੂੰ ਇੱਕ ਜਣਾ ਵਿੱਚੋਂ ਕਿਸੇ ਪਾਰਟੀ ਦਾ ਫਿਕਰ ਕਰੂਗਾ ਉਹ ਯਾਰ ਤੇਰੇ ਖਿਆਲ ਚਿਤ ਕੀ ਕਿਹੜੀ ਪਾਰਟੀ ਜਿੱਤੂ ਅਗਲਾ ਕਰੂਗਾ ਮੰਨ ਲਓ ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਅਕਾਲੀ ਕਿਸੇ ਦਾ ਵੀ ਨਾ ਲੈਤਾ ਉਹ ਮੰਨ ਲਓ ਕਿਸੇ ਹੋਰ ਪਾਰਟੀ ਦਾ ਹੋਇਆ ਉਹਨੇ ਬੜੀ ਮੁਸ਼ਕਲ ਨਾਲ ਪੂਰੀ ਗੱਲ ਸੁਣਨੀ ਹੈ ਹੈਨਾ ਅੱਛਾ ਨਹੀਂ ਇਹਨਾਂ ਨੇ ਕਿਹੜਾ ਚੱਜ ਦੇ ਕੰਮ ਕੀਤੇ ਆ ਜੇ ਕਹੂਗਾ ਥੋੜ੍ਹੇ ਵਾਲੀ ਉਹ ਛੱਡੋ ਹਾਂ ਨਹੀਂ ਐ ਨਹੀਂ ਫਿਰ ਉਹ ਉਨੀ ਦੇਰ ਤੱਕ ਅੰਦਰੋਂ ਅੰਦਰ ਕਲਪਦਾ ਰਹਿੰਦਾ ਜਿਵੇਂ ਸੁਣਾ ਲਾ ਲੈ ਤਾਂ ਉਹ ਇਹ ਨਾ ਕਹਿ ਦੇਵੇ ਵੀ ਯਾਰ ਥੋੜ੍ਹੇ ਵਾਲੀ ਜਿੱਤ ਜੂਗੀ ਸਹੀ ਹੈ ਉਹਦੇ ਕਹੇ ਤੇ ਘਰ ਦੇ ਵੋਟ ਨਹੀਂ ਪਾਉਂਦੇ ਹੂੰ ਉਹ ਸਰਕਾਰ ਬਦਲੋ ਇੰਨਾ ਫਿਕਰ ਜੇਕਰ ਅਸੀਂ ਆਪਦੇ ਪਿੰਡ ਦਾ ਆਪਣੀ ਗਲੀ ਦਾ ਆਪਦੇ ਟੱਬਰ ਦਾ ਆਪਣੇ ਸੂਬੇ ਦਾ ਕੀਤਾ ਹੋਵੇ ਜਿੰਨਾ ਫਿਕਰ ਕਰਦੇ ਆ ਅਕਾਲੀ ਦਲ ਦਾ ਕੀ ਬਣੂ ਭਾਜਪਾ ਦਾ ਕੀ ਬਣੂ ਕਾਂਗਰਸ ਦਾ ਆਪ ਦਾ ਕੀ ਬਣੂ ਇੰਨਾ ਫਿਕਰ ਜੇ ਅਸੀਂ ਆਪ ਦਾ ਕੀਤਾ ਹੁੰਦਾ ਤਾਂ ਸਾਡਾ ਹੁਣ ਨੂੰ ਕੁਝ ਨਾ ਕੁਝ ਬਣ ਜਾਂਦਾ ਸਹੀ ਬਿਲਕੁਲ ਸਹੀ ਟਾਨਾ ਸਾਹਿਬ ਪਰ ਗੱਲ ਇਹ ਹੈ ਕਿ ਜਿਹੜਾ ਇਹ ਮਨੋਰੰਜਨ ਜਿੱਦੀ ਮੈਂ ਗੱਲ ਕਰ ਰਹੀ ਆ ਤੁਸੀਂ ਵੇਖੋ ਤਾਂ ਸਹੀ ਵੀ ਉੱਥੇ ਹੋਈ ਕੀ ਕੀ ਜਾਂਦਾ ਲੋਕੀ ਇੰਨੀਆਂ ਕਲਿੱਪਾਂ ਵਾਇਰਲ ਕਰ ਰਹੇ ਨੇ ਪ੍ਰਤੀਕਿਰਿਆ ਦੇ ਰਹੇ ਨੇ ਅਖਬਾਰਾਂ ਹਰ ਰੋਜ਼ ਭਰੀਆਂ ਹੁੰਦੀਆਂ ਨੇ ਵੀ ਇਹ ਨੇ ਫਲਾਣੇ ਨੇ ਫਲਾਣੇ ਨੂੰ ਕੁਝ ਕਹਿਤਾ ਫਲਾਣੇ ਨੇ ਫਲਾਣੇ ਦਾ ਇਹ ਜਵਾਬ ਦਿੱਤਾ ਫਲਾਣ ਅੱਜ ਕੱਲ ਮੈਨੂੰ ਤਾਂ ਸਭ ਤੋਂ ਵੱਧ ਹੈਰਾਨੀ ਪਤਾ ਕੀ ਹੁੰਦੀ ਆ ਜਨਾਬ ਸਾਹਿਬ ਵੀ ਜਿਹੜੀ ਭਾਸ਼ਾ ਵਰਤੀ ਜਾਂਦੀ ਆ ਸਾਡੇ ਵਿਧਾਇਕਾਂ ਦੇ ਵੱਲੋਂ ਜਿਹੜੇ ਚੁਣੇ ਹੋਏ ਨੁਮਾਇੰਦੇ ਵਕ ਵਕ ਪਾਰਟੀਆਂ ਦੇ ਅਸੀਂ ਪਛਾਏ ਨੇ ਵਿਧਾਨ ਸਭਾ ਤੱਕ ਉਹਨਾਂ ਦੇ ਵੱਲੋਂ ਜਿਹੜੀ ਭਾਸ਼ਾ ਵਰਤੀ ਜਾਂਦੀ ਤੈਨੂੰ ਬੰਦੇ ਦਾ ਪੁੱਤ ਬਣਾ ਦੂੰ ਇੱਧਰ ਅੱਖਾ ਕਰਕੇ ਗੱਲ ਕਰ ਓਏ ਤੂੰ ਕਿੱਧਰ ਮੂੰਹ ਚੱਕਿਆ ਇਹ ਜਿਹੜੀ ਭਾਸ਼ਾ ਉਹਨਾਂ ਦੇ ਵੱਲੋਂ ਵਰਤੀ ਜਾਂਦੀ ਹੈ ਕਿੰਨੀ ਕੁ ਸੱਭਿਆਕ ਆ ਇਹ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਭਾਵੇਂ ਪੰਜਾਬ ਦੀ ਵਿਧਾਨ ਸਭਾ ਹੋਵੇ ਤੇ ਭਾਵੇਂ ਦੇਸ਼ ਦਾ ਕੋਈ ਵੀ ਹੋਰ ਹਿੱਸਾ ਹੋਵੇ ਜੀ ਤੇ ਭਾਵੇਂ ਦੇਸ਼ ਦੀ ਲੋਕ ਸਭਾ ਹੋਵੇ ਜਾਂ ਰਾਜ ਸਭਾ ਟਪੋਰੀ ਟਾਈਪ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਹਾਂ ਇਹ ਐਂ ਲੱਗਦਾ ਵੀ ਜਿਵੇਂ ਫਿਲਮਾਂ ਦੇ ਵਿੱਚ ਨੇ ਟਪੋਰੀ ਜੇ ਲੜਦੇ ਆਪਸ ਦੇ ਵਿੱਚ ਓਵੇਂ ਨਹੀਂ ਗੱਲਾਂ ਨਹੀਂ ਸੱਭਿਆਕ ਗੱਲਾਂ ਕਰੋ ਜੀ ਸੁਹਿਰਦ ਗੱਲਾਂ ਕਰੋ ਤੇ ਲੋਕ ਸਭ ਕੁਝ ਸਮਝਦੇ ਤੇ ਜਾਣਦੇ ਹਨ ਕਿ ਕੌਣ ਕਿੰਨਾ ਸੁਹਿਰਦਾ ਕੌਣ ਕਿੰਨੀ ਮਰਿਆਦਾ ਚਾ ਕੌਣ ਕਿੰਨੇ ਪਾਣੀ ਚਾ ਹਾਂ ਆ ਹੁਣ ਅਸ਼ਵਨੀ ਸ਼ਰਮਾ ਸਾਹਿਬ ਆ ਜਿਹੜੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਈ ਵਾਰ ਕੁਝ ਚਜਨੀਆਂ ਗੱਲਾਂ ਵੀ ਹੁੰਦੀਆਂ ਚੰਗੀਆਂ ਗੱਲਾਂ ਵੀ ਹੁੰਦੀਆਂ ਸੁਹਿਰਦ ਗੱਲਾਂ ਆਮ ਆਦਮੀ ਪਾਰਟੀ ਦੇ ਕਈ ਨੇਤਾ ਵੀ ਕਰਦੇ ਕਾਂਗਰਸੀ ਵੀ ਅਕਾਲੀ ਵੀ ਭਾਜਪਾ ਵਾਲੇ ਵੀ ਜਿਹੜੇ ਆਜ਼ਾਦ ਵਿਧਾਇਕ ਨੇ ਜੇ ਰਾਣਾ ਇੰਦਰ ਪ੍ਰਤਾਪ ਸਿੰਘ ਉਹਨੇ ਬੜੀ ਗੱਲਾਂ ਕੀਤੀਆਂ ਜੀ ਔਰ ਬਹੁਤ ਸੱਭਿਅਕ ਢੰਗ ਦੇ ਨਾਲ ਉਹ ਬੋਲੇ ਨੇ ਬੜੇ ਸੋਹਰਦੇ ਤਰੀਕੇ ਨਾਲ ਠੰਮੇ ਨਾਲ ਬੋਲੇ ਆ ਪਰ ਹੁਣ ਅਸ਼ਵਨੀ ਸ਼ਰਮਾ ਜੀ ਨੇ ਪਤਾ ਕੀ ਕਿਹਾ ਉਹ ਕਹਿੰਦੇ ਵੀ ਦੇਖੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਦਿਨ ਗਏ ਸੀਗੇ ਪਠਾਨਕੋਟ ਵੱਲ ਉੱਥੇ ਜਦੋਂ ਉਹ ਗਏ ਤੇ ਰਾਹ ਦੇ ਵਿੱਚ ਉਹਨਾਂ ਨੂੰ ਇੱਕ ਬਜ਼ੁਰਗ ਔਰਤ ਮਿਲਦੀ ਹੈ ਉਹ ਰੋਕ ਲੈਂਦੇ ਗੱਡੀਆਂ ਉਹ ਔਰਤ ਨੂੰ ਪੁੱਛਦੇ ਵੀ ਭਾਈ ਤੁਹਾਨੂੰ ਮਾਤਾ ਜੀ ਕੋਈ ਸਮੱਸਿਆ ਉਹ ਕਹਿੰਦੀ ਵੀ ਸਾਡੇ ਘਰੇ ਲਾਈਟ ਦਾ ਪ੍ਰਬੰਧ ਕਰਵਾ ਦਿਓ ਮਤਲਬ ਬੱਤੀ ਨਹੀਂ ਉਹਨਾਂ ਦੇ ਘਰੇ ਦਾ ਮਤਲਬ ਇਹ ਆ ਮੁੱਖ ਮੰਤਰੀ ਨੇ ਉਦੋਂ ਹੀ ਆਪਣੇ ਅਧਿਕਾਰੀਆਂ ਨੂੰ ਕਿਹਾ ਵੀ ਭਾਈ ਇਹਨਾਂ ਦਾ ਕੰਮ ਤਲੰਤ ਹੋਣਾ ਚਾਹੀਦਾ। ਹੂੰ। ਕੁਝ ਘੰਟੇ ਬਾਅਦ ਮੁੱਖ ਮੰਤਰੀ ਸਾਹਿਬ ਉਸੇ ਖੇਤਰ ਵੱਲ ਫੇਰ ਗਏ ਆ। ਤੇ ਪੰਜਾਬ ਦੀ ਪੁਲਿਸ ਨੇ ਉਸ ਔਰਤ ਨੂੰ ਤੇ ਉਹਦੇ ਬਿਮਾਰ ਘਰ ਵਾਲੇ ਨੂੰ ਸਾਰਨ ਥਾਣੇ 'ਚ ਬਿਠਾਈ ਰੱਖਿਆ। ਵੀ ਕਿਤੇ ਇਹ ਅੱਜ ਫੇਰ ਮੁੱਖ ਮੰਤਰੀ ਦੇ ਮੱਥੇ 'ਤੇ ਲੱਗ ਜਾਣ। ਕਿਤੇ ਫੇਰ ਨਾ ਇਹ ਦੱਸ ਦੇਣ ਵੀ ਭਾਈ ਕੰਮ ਨਹੀਂ ਕੀਤਾ। ਤੁਸੀਂ ਇੰਨੀ ਜੋ ਤਰਦਦ ਕਰਦੇ ਆ, ਤੁਸੀਂ ਕੰਮ ਹੀ ਕਰਵਾ ਦਿੰਦੇ। ਉਹ ਕਿਹੜਾ ਘੰਟੇ ਬਾਅਦ ਮੁੜ ਕੇ ਆ ਗਏ ਆ। ਕਈ ਦਿਨਾਂ ਬਾਅਦ ਆਏ ਆ। ਉਹਨਾਂ ਨੇ ਕਿਹਾ ਜੀ ਕਿ ਇਹ ਵੀ ਹਾਲਾਤ ਹਨ। ਵੀ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਆ ਵੀ ਕੰਮ ਹੋ ਜੇ ਉਹ ਕਹਿੰਦੇ ਨੇ ਕਰ ਦਿੰਦੇ ਆ ਤੇ ਹੁੰਦਾ ਕੱਖ ਵੀ ਨਹੀਂ ਅਫਸਰ ਸ਼ਾਹੀ ਅਧਿਕਾਰੀ ਅੱਗੇ ਨਹੀਂ ਵਧਦੇ ਕਿ ਉਹਨਾਂ ਨੇ ਇਹ ਗੱਲ ਕਹੀ ਆ ਗੱਲ ਇਹ ਹੈ ਟੈਣਾ ਸਾਹਿਬ ਆਪਾਂ ਅਕਸਰ ਇਹ ਗੱਲ ਕਹਿੰਦੇ ਆ ਪ੍ਰੋਗਰਾਮ 'ਚ ਬੈਠ ਕੇ ਚਾਹੇ ਕੋਈ ਅਫਸਰ ਆ ਚਾਹੇ ਅਧਿਕਾਰੀ ਆ ਚਾਹੇ ਕੋਈ ਕਿਸੇ ਵੀ ਅਹੁਦੇ ਦੇ ਉੱਪਰ ਆ ਤੇ ਚਾਹੇ ਕੋਈ ਆਮ ਇਨਸਾਨ ਜਦ ਤੱਕ ਅਸੀਂ ਆਪਣੇ ਹਿੱਸੇ ਆਉਂਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਵਾਂਗੇ ਨਾ ਤਦ ਤੱਕ ਕੋਈ ਕੱਲਾ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਜੇ ਕੱਲਾ ਇੱਕ ਆਮ ਵੋਟਰ ਕਵੇ ਕਿ ਮੈਂ ਸਾਰਾ ਸਮਾਜ ਬਦਲ ਦਊਗਾ ਉਹ ਨਹੀਂ ਬਦਲ ਸਕਦਾ ਜੇ ਕੱਲਾ ਇੱਕ ਅਧਿਕਾਰੀ ਕਵੇ ਮੈਂ ਸਭ ਕੁਝ ਬਦਲ ਦਊਗਾ ਉਹ ਨਹੀਂ ਬਦਲ ਸਕਦਾ ਜੇ ਕੱਲਾ ਇੱਕ ਕੋਈ ਮੰਤਰੀ ਸੰਤਰੀ ਕੋਈ ਮੁੱਖ ਮੰਤਰੀ ਕਵੇ ਕਿ ਮੈਂ ਕੱਲਾ ਸਭ ਕੁਝ ਬਦਲ ਦਊਗਾ ਉਹ ਨਹੀਂ ਬਦਲ ਸਕਦਾ ਇਹ ਥੋੜਾ ਜਿਹਾ ਲੋਕਾਂ ਨੂੰ ਵੀ ਤਾਂ ਸਹਿਰਦ ਹੋਣਾ ਪਊਗਾ ਨਾ ਅਸੀਂ ਨੁਕਸ ਤਾਂ ਫੱਟ ਕੱਢ ਦਿੰਨੇ ਆ ਦੂਜੇ ਦੇ ਵਿੱਚ ਫਲਾਣਾ ਇਦਾਂ ਹੈ ਜੀ ਫਲਾਣੀ ਪਾਰਟੀ ਇਦਾਂ ਹੈ ਜੀ ਫਲਾਣਾ ਬੰਦਾ ਇਦਾਂ ਹੈ ਜੀ ਤੇ ਆਪਾਂ ਉਦੋਂ ਇਹ ਕਿਉ ਦਾ ਹਾਂ ਜੀ ਆਪਾਂ ਨੂੰ ਵੀ ਕੰਮ ਜਿਹੜਾ ਉਹ ਕਰਨਾ ਪਊਗਾ ਨਾ ਤੇ ਆਪਾਂ ਨੂੰ ਇਹ ਚੈੱਕ ਵੀ ਕਰਨਾ ਪਊਗਾ ਵੀ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਥੋੜਾ ਜਿਆ ਹਰ ਕਿਸੇ ਨੂੰ ਆਪਣੇ ਹਿੱਸੇ ਆਉਂਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਬਿਲਕੁਲ ਤੇ ਅਸ਼ਵਨੀ ਸ਼ਰਮਾ ਹੋੜਾੜੇ ਜਿਹੜੀ ਔਰਤ ਦੀ ਗੱਲ ਕੀਤੀ ਰਹਿਣਾ ਭੋਲੀ ਰਾਣੀ ਹੈ ਜੀ ਤੇ ਵੇਖਦੇ ਹਾਂ ਵੀ ਭਾਈ ਉਹਨਾਂ ਦੇ ਘਰ ਦੇ ਵਿੱਚ ਬੱਤੀ ਲੱਗਦੀ ਆ ਜਾਂ ਨਹੀਂ ਲੱਗਦੀ ਜਾਂ ਕਦੋਂ ਕ ਲੱਗਦੀ ਆ ਜਾਂ ਕਦੋਂ ਕ ਲੱਗਦੀ ਆ ਉਹ ਵੀ ਹਾਜ਼ਰ ਹੈ ਚੰਚ ਦਾ ਵਿਚਾਰ ਹਰਬੰਜੀ ਜਿਹੜਾ ਰੌਲਾ ਪੰਜਾਬ ਦੇ ਵਿੱਚ ਆ ਉਹੀ ਕੇਰਲ ਦੇ ਵਿੱਚ ਵੀ ਆ ਉਹ ਪੂਰਾ ਭਾਰਤ ਦੇ ਵਿੱਚ ਆ ਜੀ ਮਾਨਯੋਗ ਕੇਰਲ ਹਾਈ ਕੋਰਟ ਦੇ ਜੱਜ ਸਾਹਿਬਾਨ ਦੇ ਵੱਲੋਂ ਇੱਕ ਬੜੀ ਤਿੱਖੀ ਟਿੱਪਣੀ ਕੀਤੀ ਗਈ ਆ ਉਹ ਕਹਿੰਦੇ ਵੀ ਅੱਜ ਕੱਲ ਕੁੱਤਾ ਪ੍ਰੇਮ ਬਹੁਤ ਆ ਮਤਲਬ ਇਹ ਆ ਵੀ ਕਿਸੇ ਜਿਹੜੇ ਨਾ ਪਿਟਸ ਪਿਟਸ ਹੁੰਦੇ ਨਾ ਪੈਟਸ 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 ਦੇ ਨਾਲ ਕਹਿੰਦੇ ਲਵ ਬਹੁਤ ਕਰਦੇ ਲੋਕ ਹਾਂ ਉਹ ਕਿਉਂਕਿ ਇੱਕ ਬੰਦੇ ਨੇ ਪਟੀਸ਼ਨ ਪਾਈ ਸੀ ਵੀ ਜਿਹੜਾ ਸਾਡਾ ਗਵਾਂਢੀ ਆ ਇਹ 70 80 ਕੁੱਤੇ ਆਪਦੇ ਘਰੇ ਰੱਖੀ ਬੈਠਾ ਗਲੀ ਵਾਲੇ ਸਾਰੇ ਕੁੱਤੇ ਆਪਦੇ ਘਰੇ ਲਿਆਉਂਦਾ ਕਹਿੰਦਾ ਨਾ ਮੈਨੂੰ ਪਿਆਰ ਬਹੁਤ ਆਉਂਦਾ ਹੂੰ ਵੇ ਇਹ ਜਦੋਂ ਮਰਦੀ ਲੱਤ ਫੜ ਲੈਂਦੇ ਕਿਸੇ ਦੀ ਪਿਆਰ ਇਹਦਾ ਨਿੱਜੀ ਆ ਕੁੱਤਿਆਂ ਨੂੰ ਪਿਆਰ ਵੀ ਆਉਂਦਾ ਮਤਲਬ ਅੱਗੇ ਕੁੱਤਿਆਂ ਨੂੰ ਕਿਸੇ ਤੇ ਪਿਆਰ ਆ ਜਾਂਦਾ ਕਿਸੇ ਦਾ ਗੱਟਾ ਫੜ ਲੈਂਦਾ ਕਿਸੇ ਦੀ ਲੱਤ ਤੇ ਬੁਰਕੀ ਭਰ ਲਈ ਹੂੰ ਤੇ ਕਹਿੰਦੇ ਕੀ ਇਹ ਨਵਾਉਂਦਾ ਨਵਾਉਦਾ ਹੈ ਨਹੀਂ ਮੁਸਕਾੜ ਮਾਰਦਾ ਹੂੰ ਹੂੰ ਹੁਣ 70 80 ਕੁੱਤੇ ਜੇ ਰੱਖੇ ਆ ਉਹਨਾਂ ਨੂੰ ਨਿਭਾਉਉ ਵੀ ਉਹਨਾਂ ਦੀ ਸਿਹਤ ਦਾ ਖਿਆਲ ਵੀ ਰੱਖੋ ਜੀ ਉਹ ਕਿਸੇ ਨੂੰ ਵੱਡ ਨਾ ਲੈਣ ਇਹਦੇ ਵੱਲ ਵੀ ਖਿਆਲ ਕਰੋ ਉਹਨਾਂ ਨੂੰ ਟੀਕੇ ਪੂਰੇ ਲਵਾ ਕੇ ਰੱਖੋ ਉਹ ਗੰਦ ਕਿਤੇ ਖਿਲਾਰਦੇ ਆ ਕਿਤੇ ਬਾਹਰ ਕਿਸੇ ਦੇ ਕੰਬੇ ਨਾਲ ਲੱਗੇ ਤਾਂ ਕਿਸੇ ਦੇ ਗਮਲੇ ਚ ਕਰਿਆ ਵੀ ਇਹਦੇ ਵੱਲ ਵੀ ਖਿਆਲ ਕਰਨਾ ਜੀ ਇਹ ਥੋੜੀ ਵੀ ਮੇਰਾ ਚਤ ਕੀਤਾ ਬਈ ਤੁਹਾਨੂੰ ਬਿਸਕਟ ਪਾਵਾਂ ਬਿਸਕਟ ਪਾਓ ਜਿੱਥੇ ਮਰਜ਼ੀ ਹੱਗੋ ਨਹੀਂ ਨਹੀਂ ਉਹਨਾਂ ਦੇ ਸਾਰੇ ਕਬਦਾ ਖਿਆਲ ਰੱਖਣਾ ਪਿਆਰ ਤਾਂ ਇਹਦੇ ਚ ਆ ਨਾ ਸਹੀ ਤੇ ਉਹਨੇ ਪਾਈ ਸੀ ਪਟੀਸ਼ਨ ਤੇ ਅਦਾਲਤ ਨੇ ਫਿਰ ਜਿਹੜੇ ਕੁੱਤਾ ਪਾਲਕ ਕੋਲ ਨੂੰ ਇਹ ਗੱਲ ਕਹੀ ਆ ਉਹ ਕਹਿੰਦੇ ਦੇਖੋ ਤੁਹਾਡਾ ਪਿਆਰ ਇੱਕ ਪਾਸੇ ਤੁਹਾਡਾ ਪਿਆਰ ਤੁਹਾਨੂੰ ਮੁਬਾਰਕ ਬਹੁਤ ਵਧੀਆ ਗੱਲ ਤੁਸੀਂ ਬੇਜ਼ੁਬਾਨਾਂ ਦੀ ਕਦਰ ਕਰਦੇ ਹੋ ਪਰ ਜਿਨ੍ਹਾਂ ਦੇ ਜ਼ੁਬਾਨਾਂ ਲੱਗੀਆਂ ਉਹਨਾਂ ਦਾ ਕੀ ਕਰਗੇ ਫਿਰ ਤੁਸੀਂ ਪਿਆਰ ਕਰੋ ਜੀ ਤੁਹਾਨੂੰ ਬੇਜਵਾਨਾਂ ਤੇ ਪਿਆਰ ਆਉਂਦਾ ਬਹੁਤ ਵਧੀਆ ਗੱਲ ਆ ਇਹ ਬਰਕਰਾਰ ਰਹਿਣਾ ਚਾਹੀਦਾ ਪਰ ਇਹਦਾ ਮਤਲਬ ਇਹ ਥੋੜੀ ਵੀ ਜੇ ਤੁਹਾਨੂੰ ਤਾਂ ਪਿਆਰ ਹੀ ਇਹ ਨਾ ਉਹ ਜਿਹਨੂੰ ਮਰਜ਼ੀ ਢਾ ਲੈ ਹੂੰ ਸਹੀ ਆ ਫਿਰ ਤੁਸੀਂ ਕਹਿੰਦੇ ਲਿਖਿਆ ਆਏ ਸੀ ਪਤਾ ਨਹੀਂ ਟਾਣਾ ਸਾਹਿਬ ਮੈਂ ਨਾ ਬੜੀ ਹੈਰਾਨ ਹੁੰਨੀ ਆ ਕਿ ਇਹ ਮਸਲਾ ਸਮੁੱਚੇ ਭਾਰਤ ਦੇ ਵਿੱਚੋਂ ਕਦੋਂ ਹੱਲ ਹੋਊਗਾ ਕੱਲ ਇੱਕ ਮੈਂ ਖਬਰ ਪੜ੍ਹੀ ਮੈਨੂੰ ਬਹੁਤ ਬੁਰਾ ਲੱਗਿਆ ਸੱਚੀ 6 ਸਾਲ ਦਾ ਬੱਚਾ ਪੰਜਾਬ ਦੀ ਖਬਰ ਆ 59 ਟੰਕੇ ਲੱਗੇ ਨੇ ਉਹਦੇ ਹੂੰ ਕਿਉਂਕਿ ਉਹ ਕੀ ਆਪਣੇ ਛੱਤ ਦੇ ਉੱਤੇ ਨਾ ਕੋਠੇ ਦੇ ਉੱਤੇ ਉਹ ਪਤੰਗ ਢਾ ਰਿਆ ਸੀ ਪਤੰਗ ਕਿਤੇ ਇਹ ਠੰਡੇ ਗਪੇ ਤੇ ਉਹ ਬੱਚਾ ਪਤੰਗ ਦੇ ਮਗਰ ਮਗਰ ਦੌੜਦਾ ਥੱਲੇ ਆਇਆ ਤੇ ਥੱਲੇ ਆਵਾਰਾ ਕੁੱਤੇ ਸੀ ਤੇ ਆਵਾਰਾ ਕੁੱਤਿਆਂ ਨੇ ਉਹਨੂੰ ਨੋਚ ਨੋਚ ਖਾ ਲਿਆ ਜਿੱਤੇ ਕਰਕੇ ਉਹਨੂੰ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਦੇ ਵਿੱਚ ਉਹਨੂੰ 58 ਟੰਕੇ ਲੱਗੇ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹਾਲੇ ਵੀ ਕਈ ਦਿਨ ਬਾਕੀ ਆ ਤੇ ਮੇਰੀ ਸਾਰੇ ਹੀ ਵਿਧਾਇਕ ਸਹਿਬਾਨ ਨੂੰ ਬੇਨਤੀ ਆ ਕਿਸੇ ਵੀ ਪਾਰਟੀ ਦੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਤਿਕਾਰਯੋਗੋਂ ਵੀ ਆ ਵੀ ਮੁੱਦਾ ਚੱਕੋ ਆਪਾਂ ਗਲੀਆਂ ਬਣਾਵਾਂਗੇ ਨਾਲੀਆਂ ਬਣਾਵਾਂਗੇ ਆਹ ਨਹੀਂ ਕੀਤਾ ਆਹ ਨਹੀਂ ਕੀਤਾ ਇਹਦੇ ਵਿੱਚ ਆਪਾਂ ਨੂੰ ਮੁੱਦਾ ਕਦੇ ਕਦੇ ਨਜ਼ਰ ਨਹੀਂ ਆਉਂਦਾ ਜੀ ਇਹ ਕੁੱਤਿਆਂ ਵਾਲਾ ਤੇ ਅਵਾਰਾ ਪਸ਼ੂਆਂ ਵਾਲਾ ਮੁੱਦਾ ਵੀ ਵਿੱਚ ਚੱਕੋ ਵੀ ਭਾਈ ਕੁੱਤੇ ਆ ਜਿਹੜੇ ਉਹਨਾਂ ਦੀ ਨਸਬੰਦੀ ਕਰੋ ਤੇ ਕਿਵੇਂ ਕਰਨੀ ਆ ਜੀ ਕੁੱਤਿਆਂ ਦੀ ਗਿਣਤੀ ਕਿਵੇਂ ਘਟਾਉਣੀ ਆ ਤੇ ਜਿਹਨੂੰ ਕੁੱਤਿਆਂ ਦੇ ਉੱਤੇ ਬਹੁਤ ਜ਼ਿਆਦਾ ਪਿਆਰ ਹੁੰਦਾ ਵੀ ਭਾਈ ਮੈਂ ਤਾਂ ਗੁੱਗੂ ਬੁੱਗੂ ਕਰਨਾ ਹੀ ਆ ਉਹ ਸਾਰੇ ਉਹਨਾਂ ਕੋਲ ਜੀ ਮਹੱਲੇ ਦੇ ਤੂੰ ਆਪਣੇ ਘਰੇ ਲੈ ਜਾ ਹੂੰ ਵਿਚਾਰੇ ਕੋਈ ਨਾ ਕੋਈ ਨਾ ਸੰਸਥਾ ਆ ਕੇ ਕਹਿੰਦੀ ਹੁੰਦੀ ਆ ਇਹ ਬੇਸਬਾਨਾਂ ਨਾਲ ਪਿਆਰ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਸਾਹਮਣੇ ਫਿਰ ਇਹ ਇਹ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਹੈ ਵੀ ਤੁਸੀਂ ਠੀਕ ਹੈ ਪਿਆਰ ਹੋਣਾ ਚਾਹੀਦਾ ਮੈਂ ਵੀ ਬਹੁਤ ਪਿਆਰ ਕਰਦੀ ਹਾਂ ਜਨਾਬ ਸਾਹਿਬ ਕੁੱਤਿਆਂ ਨੂੰ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਰਾਤ ਤੁਰੇ ਜਾਂਦੇ ਬੰਦੇ ਹਰ ਕਿਸੇ ਨੂੰ ਪਿਆਰ ਨਹੀਂ ਹੁੰਦਾ ਕੋਈ ਬੰਦੇ ਡਰਦੇ ਵੀ ਹੋ ਸਕਦੇ ਨੇ ਕੋਈ ਬੰਦੇ ਜਿਹੜੇ ਆ ਕਿਸੇ ਨਾਲ ਕੋਈ ਘਟਨਾ ਵੀ ਵਾਪਰੀ ਹੋ ਸਕਦੀ ਹੈ ਤੇ ਆਪਾਂ ਨੂੰ ਇਸ ਗੱਲ ਦਾ ਤਾਂ ਖਿਆਲ ਰੱਖਣਾ ਚਾਹੀਦਾ ਨਾ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਸਾਡੇ ਵਿਧਾਇਕਾਂ ਨੂੰ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਹ ਲੱਗਦਾ ਵੀ ਇਹ ਕੋਈ ਮੁੱਦਾ ਹੀ ਹੈ ਨੀਗਾ ਤੇ ਅਗਲੇ ਸੈਸ਼ਨ ਤੋਂ ਪਹਿਲਾਂ ਆਓ ਪੰਜਾਬ ਦੇ ਵਿੱਚ ਤੁਰ ਫਿਰ ਕੇ ਵੇਖੋ ਗੱਡੀਆਂ ਆਪਣੀਆਂ ਪਾਸੇ ਰੱਖ ਦਿਓ ਦੋ ਪਹੀਆ ਵਾਹਨ ਦੇ ਉੱਪਰ ਸਾਈਕਲ ਤੇ ਅਗਲੇ ਸੈਸ਼ਨ ਤੋਂ ਪਹਿਲਾਂ ਕਿਉਂ ਸੈਸ਼ਨ ਤਾਂ 5 ਵਜੇ ਤੱਕ ਹੀ ਚੱਲਦਾ ਹਾਂਜੀ ਆਜੋ ਰਾਤ ਨੂੰ ਹੀ ਹਾਂ ਉਸ ਤੋਂ ਬਾਅਦ ਹੀ ਪਤਾ ਲੱਗ ਜਾਊਗਾ ਤੁਹਾਨੂੰ ਗੱਡੀਆਂ ਪਾਸੇ ਖੜਾ ਦਿਓ ਉਸ ਤੋਂ ਬਾਅਦ ਕ ਤੁਹਾਨੂੰ ਘਰ ਤੱਕ ਛੱਡ ਕੇ ਆਉਂਦੇ ਆ ਜੀ ਤੁਹਾਨੂੰ ਲੱਗ ਜੂਗਾ ਪਤਾ ਵੀ ਇਹ ਸਮੱਸਿਆ ਹੈਗੀ ਆ ਕਿ ਨਹੀਂ ਹੈਗੀ ਸੋ ਪੰਜਾਬ ਦੇ ਵਿੱਚੋਂ ਵੀ ਤਾਂ ਪੂਰੇ ਭਾਰਤ ਦੇ ਵਿੱਚੋਂ ਇਹ ਸਮੱਸਿਆਵਾਂ ਮੁਕਦੀਆਂ ਨਹੀਂ ਜੀ ਇਹ ਸਮੱਸਿਆਵਾਂ ਕਿਉਂਕਿ ਕੱਲੇ-ਕੱਲੇ ਬੰਦੇ ਦੀਆਂ ਇਸ ਕਰਕੇ ਆਪਾਂ ਕਹਿੰਦੇ ਨੇ ਚਲੋ ਹੋਊ ਪਰੇ ਹਮ ਅੱਜ ਖਬਰ ਆਈ ਸਾਹਮਣੇ ਕੱਲ ਨੂੰ ਗੱਲ ਖਤਮ ਹੋ ਗਈ ਪਰ ਲੋੜ ਇਸ ਵਕਤੇ ਇਸ ਗੱਲ ਦੀ ਆ ਕਿ ਇਹਨਾਂ ਮੁੱਦਿਆਂ 'ਤੇ ਚਰਚਾ ਕੀਤੀ ਜਾਵੇ ਹਾਈ ਕੋਰਟ ਤੱਕ ਮੁੱਦੇ ਜਾ ਰਹੇ ਆ ਵਾਰਾ ਕੁੱਤਿਆਂ ਦੇ ਬਾਕੀ ਤਾਂ ਚਲੋ ਕੇਸ ਜਾਣੇ ਜਾਣੇ ਆ ਆ ਕੁੱਤੇ ਆ ਜਿਹੜੇ ਟੋਏ ਆ ਜਿਹੜੇ ਸੜਕਾਂ ਵਿੱਚਲੇ ਆਵਾਰਾ ਪਸ਼ੂ ਆ ਜਿਹੜੇ ਚਾਈਨਾ ਡੋਰ ਦਾ ਮੁੱਦਾ ਕੂੜੇ ਦਾ ਮੁੱਦਾ ਇਹ ਵੀ ਮਾਨਯੋਗ ਅਦਾਲਤਾਂ ਨੇ ਪਿਛਲੇ ਜਾਣੇ ਪੈਂਦੇ ਆ ਵੀ ਯਾਰ ਕਿਹਦਾ ਸਿਸਟਮ ਆ ਪ੍ਰਬੰਧ ਕਿ ਹੋ ਜਾ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾ ਪ੍ਰਾਈਮੇਅਰ ਸ਼ਾਹ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੀਦਾ ਵਿਚਾਰ ਦੇਖ ਰਹੇ ਹੋ ਤੁਸੀਂ ਮੈਂ ਹਰਮਨ ਤਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਟਾਣਾ ਸਾਹਿਬ ਅੱਗੇ ਵਧਿਆ ਹੁਣ ਬਿਲਕੁਲ ਜੀ ਵਿਚਾਲੇ ਕੀ ਹੋ ਗਿਆ ਸੀ ਮੈਂ ਤੁਹਾਨੂੰ ਵੀ ਹਰਮਨ ਤਿੰਦ ਹੀ ਕਹਿਣ ਲੱਗੀ ਸੀ ਅੱਛਾ ਬਹੁਤ ਅੱਛੇ ਮੈਂ ਹਰਮਨ ਦੇਨ ਮੇਰੇ ਨਾਲ ਨੇ ਹਰਮਨ ਦੇਨ ਅੱਛਾ ਠੀਕ ਆ ਮਾਫੀ ਚਾਹਨੀ ਹੈ ਤੇ ਜੇ ਮੈਂ ਇਹ ਗੱਲ ਕਰਾਂ ਮੈਂ ਹਾਂ ਸਵਰਨ ਟੈਣਾ ਤੇ ਮੇਰੇ ਨਾਲ ਵੀ ਨੇ ਸਵਰਨ ਟੈਡ ਆ ਤੇ ਅੱਜ ਮੇਰੀ ਥਾਂ ਦੇ ਉੱਤੇ ਖਬਰ ਨਹੀਂ ਖਬਰ ਇਹ ਕਰਨਗੇ ਕਰ ਦਊ ਕੋਈ ਚੱਕਰ ਨਹੀਂ ਰਹਿਣਾ ਸਾਬ ਅੱਜ ਇਹ ਕਰਨਗੇ ਹਾਂ ਇਹਨਾਂ ਨੇ 22 ਮਿੰਟ ਲਾ ਕੇ ਜਾਣੇ ਜੀ ਤੇ ਮੈਨੂੰ ਇਹ ਨਹੀਂ ਕਹਿਣਾ ਵੀ ਵਿੱਚ ਹੱਸਣਾ ਨਹੀਂ ਹੈ ਵਿੱਚ ਤੁਸੀਂ ਪੂਰੀ ਮਤ ਇਹ ਮੇਰੀ ਮਰਜ਼ੀ ਹੈ ਵੀ ਮੈਂ ਕਿਵੇਂ ਕਰਦੀ ਆ ਅੱਛਾ ਕਰ ਮੈਂ ਦਊ ਤੇ ਇਹ ਦਰਸ਼ਕ ਦੀ ਮਰਜ਼ੀ ਨਾ ਨਾ ਬਣ ਜੇ ਪਰਿਵਾਰਕੀਆਂ ਦੀ ਵੀ ਇੱਥੇ ਆ ਕੇ ਝਾੜ-ਚਮ ਕਰਨ ਨਹੀਂ ਕਰਦੇ ਉਹ ਪਿਆਰ ਕਰਦੇ ਨੇ ਆਪਾਂ ਨੂੰ ਨਹੀਂ ਆਪਾਂ ਵੀ ਇਹ ਗੱਲ ਕਹਿਣੀ ਵੀ ਭਾਈ ਠੀਕ ਆ ਉਹ ਆਪਾਂ ਨੂੰ ਪਿਆਰ ਕਰਦੇ ਨੇ ਉਹ ਬਿਲਕੁਲ ਨਹੀਂ ਇਹ ਕਹਿਣਗੇ ਵੀ ਆਪਾਂ ਝਾੜ-ਚਮ ਕਰਦੇ ਨਹੀਂ ਉਹ ਪਿਆਰ ਨਾਲ ਸਮਝਾ ਦੇਣਗੇ ਵੀ ਬੇਟਾ ਹਾਂ ਇਹ ਤੇਰਾ ਕੰਮ ਨਹੀਂ ਹੈ ਇੱਥੇ ਟਹਿਣਾ ਹੀ ਠੀਕ ਹੈ ਹਾਂ ਹੁਣ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਜੀ ਕਿਸਾਨਾਂ ਦੇ ਬਾਰੇ ਖੱਟੜ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਬੱਸਾਂ ਕਾਰਾਂ ਜੀਪਾਂ ਦੇ ਉੱਤੇ ਜਾਓ ਰੇਲਾਂ ਤੇ ਜਾਓ ਤੁਸੀਂ ਟਰੈਕਟਰ ਟਰਾਲੀ ਦੇ ਉੱਤੇ ਕਿਉਂ ਜਾਂਦੇ ਆ ਤੇ ਹੁਣ ਕਿਸਾਨ ਟਰੈਕਟਰ ਟਰਾਲੀ ਦੀ ਥਾਂ ਦੇ ਉੱਤੇ ਬੱਸਾਂ ਕਾਰਾਂ ਜੀਪਾਂ ਰੇਲਾਂ ਤੇ ਜਾ ਰਹੇ ਸਨ ਜੀ ਜਿਨ੍ਹਾਂ ਨੂੰ ਕਿ ਦਿੱਲੀ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਤੇ ਕਿਸਾਨਾਂ ਦਾ ਇੱਕ ਜਥਾ ਜਿਹੜਾ ਉਹ ਰੇਲਵੇ ਸਟੇਸ਼ਨ ਤੇ ਰੋਕ ਲਿਆ ਕਿਤੇ ਬੱਸਾਂ ਦੇ ਵਿੱਚ ਤਲਾਸ਼ੀ ਲੈ ਕੇ ਲਾਲੇ ਕਿਸਾਨ ਕਿਤੇ ਕਿਵੇਂ ਕਿਤੇ ਕਿਵੇਂ ਤੇ ਜੰਤਰ ਮੰਤਰ ਤੇ ਧਾਰਾ 143 ਲਾਗੂ ਕਰਤੀ ਆ ਹਮਮਤਲਬ ਕਹਿਣ ਦਾ ਇਹ ਆ ਵੀ ਰੌਲਾ ਟਰੈਕਟਰ ਟਰਾਲੀ ਦਾ ਨਹੀਂ ਆ ਰੌਲਾ ਕਿਸਾਨ ਦੇ ਨਾਲ ਹੁਣ ਤਾਂ ਸ਼ਾਂਤਮਈ ਪ੍ਰਦਰਸ਼ਨ ਕਰਨ ਚੱਲੇ ਸੀ। ਨਾ ਕੋਈ ਟਰੈਕਟਰ ਨਾ ਟਰਾਲੀ। ਹੁਣ ਖੱਟੜ ਸਾਹਿਬ ਦਾ ਕੋਈ ਬਿਆਨ ਵੀ ਨਹੀਂ ਆਇਆ। ਹੁਣ ਆਇਆ ਨਹੀਂਗਾ। ਹੁਣ ਉਹ ਕਹਿੰਦੇ ਵੀ ਭਾਈ ਮੈਂ ਇਸ ਧਾਰਾ 144 ਦੇ ਖਿਲਾਫ ਹਾਂ। ਮੈਂ ਵੀ ਕਿਸਾਨਾਂ ਦੇ ਨਾਲ ਹਾਂ। ਹਾਂ। ਤੁਸੀਂ ਕਹੋ ਕਿ ਹੁਣ ਤਾਂ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀਆਂ ਜਨਤਕ ਚੀਜ਼ਾਂ ਨੇ ਚਾਹੇ ਰੇਲਾਂ ਨੇ ਚਾਹੇ ਬੱਸਾਂ ਨੇ ਉਹਨਾਂ ਦੇ ਰਾਹੀ ਪਹੁੰਚੇ ਨੇ ਤੇ ਇਹਨਾਂ ਨੂੰ ਰੋਕਣਾ ਗਲਤ ਹੈ ਭਾਈ। ਮੈਂ ਇਹਨਾਂ ਦੇ ਨਾਲ ਹਾਂ ਹੁਣ। ਬਿਲਕੁਲ ਸਹੀ। ਸਰਕਾਰ ਧੱਕਾ ਕਰ ਰਹੀ ਆ। ਹੁਣ ਕਿਉਂ ਨਹੀਂ ਬੋਲਦੇ? ਉਧਰੋਂ ਉਗਰਾਹਾਂ ਸਾਹਿਬ ਨੇ ਇੱਕ ਗੱਲ ਕਹੀ ਆ। ਉਹ ਕਹਿੰਦੇ ਤੇ ਪਹਿਲਾਂ ਅਸੀਂ ਇਕੱਠੇ ਸਾਂ ਪਰ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਲੀ ਪਾੜ ਕੇ ਕਿਉਂ ਚੱਲੇ ਪਹਿਲਾਂ ਤਾਂ ਇਹਦਾ ਉੱਤਰ ਦੇਣ ਤੇ ਕੀ ਅਸੀਂ ਇੱਕ ਲਹਿਰ ਦਾ ਨੁਕਸਾਨ ਨਹੀਂ ਕੀਤਾਗਾ ਇਹਦੇ ਬਾਰੇ ਉੱਤਰ ਦਿੱਤਾ ਜਾਵੇ ਕੀ ਅਸੀਂ ਸੁਨੀਹਾ ਇਹ ਨਹੀਂ ਪਹੁੰਚਾਇਆ ਵੀ ਭਾਈ ਕੋਈ ਨਹੀਂ ਅਸੀਂ ਲੜਦੇ ਹੁੰਨੇ ਆ ਅਸੀਂ ਕਿਹੜੇ ਸਾਰੇ ਇਕੱਠੇ ਹੁੰਨੇ ਆ ਮੰਨਣਾ ਮੰਨੋ ਨਹੀਂ ਮੰਨਣਾ ਨਾ ਮੰਨੋ ਕੀ ਇਹ ਸੁਨੀਹਾ ਨਹੀਂ ਪਹੁੰਚਾਇਆ ਉਗਰਾਹਾ ਸਾਹਿਬ ਵੀ ਸਤਿਕਾਰਯੋਗ ਆ ਰਾਜੇਵਾਲ ਸਾਹਿਬ ਵੀ ਪੰਦੇਰ ਸਾਹਿਬ ਡੱਲੇਵਾਲ ਸਾਹਿਬ ਸਾਰੇ ਹੀ ਸਾਡੇ ਲਈ ਸਤਿਕਾਰਯੋਗ ਆ ਜੀ ਜਦੋਂ ਕੋਈ ਆਪਜੀ ਦੇ ਕਹੇ ਦੇ ਉੱਤੇ ਕਿਸਾਨ ਜੱਥੇਬੰਦੀਆਂ ਦੇ ਕਹੇ ਦੇ ਉੱਤੇ ਅਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਦਾ ਉਹ ਕਿਸੇ ਜਥੇਬੰਦੀ ਦੇ ਕਰਕੇ ਨਹੀਂ ਕਰਦਾ ਉਹ ਖੇਤਾਂ ਕਰਕੇ ਕਰਦਾ ਜਦੋਂ ਕਿਸੇ ਸ਼ੁਭ ਕਰਨ ਦੇ ਗੋਲੀ ਵਜਦੀ ਹੈ ਉਹ ਮੌਤ ਨਹੀਂ ਬੁਕਲ ਦੇ ਵਿੱਚ ਕਿਸੇ ਜਥੇਬੰਦੀ ਦੀ लाज ਵਾਸਤੇ ਨਹੀਂ ਜਾਂਦਾ ਉਹ ਆਪਣੇ ਖੇਤਾਂ ਦੀ ਇੱਜ਼ਤ ਬਚਾਉਣ ਵਾਸਤੇ ਜਾਂਦਾ ਜਦੋਂ ਕਿਸੇ ਦੇ ਡਾਂਗਾ ਵਜਦੀਆਂ ਢਾਈ ਢਾਈ ਸੌ ਜਾਣਾ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਉਹ ਇਹ ਨਹੀਂ ਕਿ ਮੈਂ ਪੁਦੇਹਰ ਦੀ ਚੜ੍ਹਾਈ ਕਰਾਵਾਂ ਤੇ ਮੈਂ ਰਾਜੇਵਾਲ ਸਾਹਿਬ ਦੀ ਕਰਾਵਾਂ ਤੇ ਮੈਂ ਉਹਦੀ ਕਰਾਵਾਂ ਉਹ ਚਾਹੁੰਦਾ ਜੀ ਕਿਸਾਨੀ ਦੀ ਚੜ੍ਹਤ ਹੋਵੇ ਮਸਲੇ ਦਾ ਹੱਲ ਹੋਵੇ ਇਸ ਕਰਕੇ ਬੇਨਤੀ ਹੈ ਭਾਈ ਸਾਰੇ ਇਕੱਠੇ ਹੋ ਜੋ ਕੋਈ ਈਗੋ ਵਾਲੀ ਕੋਈ ਹੋਮੇ ਵਾਲੀ ਗੱਲ त्याਗੋ ਗਲਤੀਆਂ ਸਭ ਤੋਂ ਹੁੰਦੀਆਂ ਪਤਾ ਨਹੀਂ ਕਿਹਦੇ ਕਿਹਦੇ ਕੋਲ ਹੋਈਆਂ ਹੋਣੀਆਂ ਇਹ ਤੁਹਾਡੇ ਨਿੱਜੀ ਮਸਲੇ ਆ ਪਰ ਉਹਨਾਂ ਸਾਰਿਆਂ ਨੂੰ ਹੱਲ ਕਰਕੇ ਤੇ ਕਿਸਾਨ ਤੇ ਮਜ਼ਦੂਰ ਨੂੰ ਇਸ ਗੱਲ ਦਾ ਹੌਸਲਾ ਦਿਓ ਵੀ ਅਸੀਂ ਵੀ ਇੱਕ ਆ ਤੁਸੀਂ ਵੀ ਇੱਕ ਰਹੋ ਸਾਰੇ ਕਿਸਾਨ ਸਾਰੀਆਂ ਕਿਸਾਨ ਜਥੇਬੰਦੀਆਂ ਬਹੁਤ ਸੋਹਿਰਦ ਨੇ ਸਿਆਣੀਆਂ ਨੇ ਅਸੀਂ ਸਾਰਿਆਂ ਨੂੰ ਉਹਨਾਂ ਦੇ ਬੱਚੇ ਹੋਣ ਦੇ ਨਾਤੇ ਇਹ ਬੇਨਤੀ ਕਰ ਰਹੇ ਹਾਂ ਟੈਣਾ ਸਾਹਿਬ ਕਿ ਜੋ ਬੀਤੇ ਚ ਹੋ ਗਿਆ ਉੱਤੇ ਕਾਟਾ ਫੇਰ ਦਿਓ ਜੋ ਤੁਹਾਡੇ ਮਨ ਮਟਾਵ ਸੀ ਜੋ ਵੀ ਤੁਹਾਨੂੰ ਲੱਗਦਾ ਵੀ ਇਹਨੇ ਮੇਰਾ ਦਿਲ ਦੁਖਾਇਆ ਇਹਨੂੰ ਐ ਨਹੀਂ ਕਰਨਾ ਚਾਹੀਦਾ ਸੀ ਜਾਂ ਇਹਨਾਂ ਨੇ ਇਸ ਗੱਲ ਦੀ ਸਲਾਹ ਨਹੀਂ ਕੀਤੀ ਮੈਨੂੰ ਇਹ ਲੱਗਦਾ ਕਿ ਉਹ ਬੀਤੇ ਤੇ ਹਰ ਇੱਕ ਗੱਲ ਤੇ ਕਾਟਾ ਫੇਰ ਦੇਣਾ ਚਾਹੀਦਾ ਤੇ ਹੁਣ ਤੋਂ ਤੁਸੀਂ ਹੁਣ ਤੋਂ ਹੀ ਇਹ ਕਰ ਲਓ ਵੀ ਪੱਕਾ ਕਰ ਲਓ ਵੀ ਅਸੀਂ ਹੁਣ ਇਕੱਠੇ ਹਾਂ ਜੋ ਬੀਤ ਗਿਆ ਬੀਤ ਗਿਆ ਅਸੀਂ ਹੁਣ ਸਾਡੇ ਇਕੱਠੇ ਹੋਣ ਦੀ ਲੋੜ ਸੀ ਸਾਡੇ ਏਕੇ ਦੀ ਜ਼ਰੂਰਤ ਆ ਤੇ ਹੁਣ ਅਸੀਂ ਇਕੱਠੇ ਆ ਤੇ ਅੱਗੇ ਅਸੀਂ ਇਕੱਠੇ ਵਧਾਂਗੇ ਤਾਂ ਮੈਨੂੰ ਲੱਗਦਾ ਮਸਲਾ ਹੱਲ ਹੋ ਜਾਊਗਾ ਕਿੰਨੀ ਕੁ ਦਿਨ ਕਿਉਂਕਿ ਸਿਆਣੇ ਵੀ ਕਹਿੰਦੇ ਆ ਵੀ ਸੱਪ ਨੰਗ ਜਵੇ ਤਾਂ ਲੀਕ ਪਿੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਹਨਾ ਤੇ ਇਸ ਲਈ ਹੁਣ ਸੱਪ ਨੰਗ ਗਿਆ ਹੁਣ ਲੀਕਾ ਕੁੱਟਣ ਦਾ ਕੋਈ ਫਾਇਦਾ ਨਹੀਂ ਰਹਿ ਗਿਆ ਪਿੱਛੇ ਹੁਣ ਹੀ ਇਕੱਠੇ ਹੋ ਜਾਓ ਏਕੇ ਦੀ ਗੱਲ ਕਰਗੇ ਜੀ ਪਿਆਰ ਨਾਲ ਅੱਗੇ ਵਧੀਏ ਹੂੰ ਤੇ ਸਰਕਾਰਾਂ ਦੇ ਉੱਤੇ ਦਬਾਅ ਬਣਾਈਏ ਤਾਂ ਮੰਗਾ ਮੰਨਣੀਆਂ ਉਹ ਤਾਂ ਇਸ ਵੇਲੇ ਹੱਸਦੇ ਹੋਣੇ ਸਾਡੇ ਤੇ ਵੀ ਇਹ ਕਿੰਨੇ ਕੁ ਜਾਣੇ ਆ ਇਹ ਕਿੱਥੇ ਜਿੱਤ ਲੈਣਗੇ ਇਹ ਤਾਂ ਇੱਕ ਦੂਜੇ ਦੀ ਗੱਲ ਲੱਤਾਂ ਖਿੱਚੀ ਜਾਂਦੇ ਆ ਜਾਂ ਉਹ ਨਾ ਕਰਗੇ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਜੰਝ ਦਾ ਵੀ ਚਾਹ ਟਿਆਣਾ ਸਾਹਿਬ ਬੰਦੇ ਨੂੰ ਕਾਮਯਾਬੀ ਪਿੱਛੇ ਨਹੀਂ ਭੱਜਣਾ ਚਾਹੀਦਾ ਕਿਉਂ ਕਾਮਯਾਬੀ ਤਾਂ ਸੰਘਰਸ਼ ਕਰਕੇ ਬੜੀ ਮੁਸ਼ਕਲ ਨਾਲ ਮਿਲਦੀ ਹੈ ਹੂੰ ਤੇ ਮਗਰ ਨਾ ਪਜੋ ਐ ਬੈਠੇ ਰੋਲੇ ਐ ਕਿਵੇਂ ਕਰ ਦੂ ਮੈਨੂੰ ਕੋਈ ਕੁਛ ਇਹ ਗੱਲ ਮੈਂ ਨਹੀਂ ਕਹਿ ਰਹੀ ਤੇਰਾ ਪੁੱਛਤਾ ਲਿਆ ਕਰੋ আর ਮੇ ਜੀ ਤੁਹਾਡੇ ਵਿਚਾਰੇ ਹੋ ਜੇ ਕਿਵੇਂ ਹੋ ਗਏ ਤੁਹਾਡੇ ਪਿੰਡੋਂ ਹੋਰ ਕੌਣ ਕਹਿੰਦਾ ਉਹ ਮੇਰੇ ਪਿੰਡੋਂ ਵੀ ਕੋਈ ਨਹੀਂ ਕਹਿੰਦਾ ਹਾਂ ਹਾਂ ਮੇਰੇ ਸੂਬੇ 'ਚੋ ਵੀ ਕੋਈ ਨਹੀਂ ਕਹਿੰਦਾ ਮੇਰੇ ਮੁਲਕ ਦੇ ਵਿੱਚੋ ਵੀ ਕੋਈ ਨਹੀਂ ਕਹਿ ਰਿਹਾ ਤੇ ਬਾਹਰਲੇ ਦੇ ਆਪ ਮੰਨਣੀ ਵੀ ਨਹੀਂ ਕਿਉਂ ਨਹੀਂ ਮੰਨਣੀ ਬਹੁਤ ਵੱਡੇ ਉਹ ਮਾਹਰ ਨੇ ਅੱਛਾ ਯੂਨਿਵਰਸਿਟੀ ਦੇ ਮਾਹਰ ਨੇ ਸੈਮਿਊਲ ਹੋਰੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਕਾਮਯਾਬੀ ਪਿੱਛੇ ਕਹਿੰਦੇ ਭੱਜਣਾ ਨਹੀਂ ਚਾਹੀਦਾ ਮੈਂ ਰਿਸਰਚ ਕੀਤੀ ਐ ਖੋਜ ਕੀਤੀ ਆ ਦੇਖੋ ਗੱਲ ਇਹ ਵੀ ਕੀ ਨਾਨਾ ਸੈਮੂਅਲ ਸੈਮੂਅਲ ਸਭ ਗੱਲੇ ਆ ਵੀ ਇਹ ਤੁਹਾਡਾ ਤਜਰਬਾ ਹੋਊਗਾ ਤੁਸੀਂ ਗੋਰੇ ਬੰਦੇ ਹੋ ਹਮ ਤੁਹਾਡਾ ਸੰਸਾਰ ਹੋਰ ਤਰ੍ਹਾਂ ਦਾ ਹਮ ਤੁਹਾਨੂੰ ਕਿਹੜਾ ਇਸ ਗੱਲ ਦਾ ਫਿਕਰ ਆ ਵੀ ਭਾਈ ਜਦੋਂ ਬਿਮਾਰ ਹੋਗੇ ਤੇ ਹਸਪਤਾਲ ਨੇ 20 ਲੱਖ ਲੈ ਲੈਣਾ ਤੁਹਾਨੂੰ ਸਾਰੀਆਂ ਸਹੂਲਤਾਂ ਮਿਲ ਜਾਣੀਆਂ ਹਾਂ ਜਦੋਂ ਬਜ਼ੁਰਗ ਹੋਗੇ ਬਾਬੇ ਦੀ ਕਿਰਪਾ ਨਾਲ ਤੁਹਾਨੂੰ ਸਾਰਾ ਕੁਝ ਘਰੇ ਮਿਲ ਜਾਨਾ ਹਮ ਇਥੇ ਜੋੜੇ ਕਹ ਜਾਨੇ ਪੈਨਸ਼ਨ ਲਵਾਉਣ ਦੇ ਲਈ ਤੇ ਜਿੱਥੋਂ ਪੈਨਸਲ ਲਵਾਉਣੀ ਆਣੀ ਉਹਨੇ ਵੀ ਇਹ ਕਹਿਣਾ ਪਹਿਲਾਂ ਮੈਨੂੰ ਇੰਨੇ ਦੇ ਹਾਂ ਨਾ ਦੇਖੋ ਤੁਹਾਡੀ ਜ਼ਿੰਦਗੀ ਦਾ ਲੇਜ਼ਾ ਹੋ ਰਾ ਹਾਂ ਵੀ ਸਾਰੇ ਇੱਕੋ ਜਿਹੇ ਨਹੀਂ ਇਥੇ ਜਿਹੜਾ ਸੋਚਣਾ ਵੀ ਭਾਈ ਹੁਣ ਧੀ ਦੀ ਵਿਆਹਣਾ ਜਦੋਂ ਤੇ ਭਾਈ ਦਰਿਆ ਥੋੜ ਜਣੀਆਂ ਵੀ ਭਾਈ ਪੇਟੀ ਦੇ ਵਿੱਚ ਮੈਂ ਹੋਰ ਪ੍ਰਬੰਧ ਕਰਨਾ ਮੁੰਡਾ ਵਿਆਹਣਾ ਉਹ ਲਕੋੜੀ ਕਿੱਥੋਂ ਲੈ ਕੇ ਆਉਣੀ ਆ ਤੁਹਾਡੇ ਸਟਾਈਲ ਹੋਰ ਆ ਨਹੀਂ ਪਰ ਗੱਲ ਇਹ ਹੈ ਟਾਣਾ ਸਾਡੇ ਲਈ ਇਸ ਕਾਮਯਾਬੀ ਦੇ ਅਰਥ ਹੋਰ ਆ ਸਾਡੇ ਖਾਸ ਕਰਕੇ ਭਾਰਤਗਾਂ ਲਈ ਹਾਂ ਅਸੀਂ ਕਾਮਯਾਬ ਕਿਉਂ ਹੋਣਾ ਚਾਹੁੰਦੇ ਆ ਵੀ ਇੱਕ ਤਾਂ ਸਾਰੇ ਜਣੇ ਸੈੱਟ ਕਰਨੇ ਆ ਟੱਬਰ ਦੇ ਸਾਰੇ ਜੀ ਹਾਂ ਹਾਂ ਜਿਹੜਾ ਨਹੀਂ ਵੀ ਸੈੱਟ ਹੋਇਆ ਉਹਨੂੰ ਵੀ ਕਰਕੇ ਛੱਡੂ ਹੂੰ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਬਹਿ ਕੇ ਖਾ ਸਕਣ ਹਾਂ ਸਾਡਾ ਰੌਲਾ ਇਹ ਆ ਵੀ ਪਹਿਲਾਂ ਤਾਂ ਮੈਂ ਖਾਵਾਂ ਫਿਰ ਮੇਰੇ ਟੱਬਰ ਨੂੰ ਕੁਝ ਨਾ ਕਰਨਾ ਪਵੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਵੀ ਹਟ ਜਾਓ ਮੈਂ ਹੈਗਾ ਚਲੋ ਠੀਕ ਆ ਫਿਰ ਕਹਿੰਦੇ ਵੀ ਇੰਨਾ ਕੁ ਮੈਂ ਕਿਤਨਾ ਕਿਤੋਂ ਇਕੱਠਾ ਕਰ ਲਾਂ ਵੀ ਜਿਹੜੇ ਬੱਚੇ ਹਾਲੇ ਹੋਣੇ ਆ ਤਿੰਨ ਚਾਰ ਪੀੜ੍ਹੀਆਂ ਉਹ ਘਰੇ ਬੈਠ ਕੇ ਖਾਣ ਉਹਨਾਂ ਨੂੰ ਹਟੜਾਰਮੀ ਹੁਣੇ ਕਰ ਦਿਓ ਆਹ ਵੀ ਤੁਸੀਂ ਵੇਖੋ ਇਹ ਸਾਡੀ ਸੋਚ ਕਿੰਨੀ ਗਲਤ ਆ ਵੀ ਉਹਨਾਂ ਨੂੰ ਨਾ ਕੱਖ ਭੰਨ ਕੇ ਦੋਰਾ ਕਰਨਾ ਵੇ ਬਾਅਦ ਚ ਕਹਿਣਗੇ ਆ ਨਿਆਣਾ ਪਤਾ ਨਹੀਂ ਕਿੱਥੇ ਚਲੇ ਗਿਆ ਕੰਮ ਹੀ ਨਹੀਂ ਕਰਦਾ ਯਾਰ ਪਹਿਲਾਂ ਹੀ ਉਹਨੂੰ ਆਪਾਂ ਕਹੀ ਜਾਂਦੇ ਤੈਨੂੰ ਕਰਨ ਦੀ ਲੋੜ ਨਹੀਂ ਮੈਂ ਤੇਰੇ ਲਈ ਕਮਾ ਕੇ ਛੱਡਿਆ ਤੇ ਉਹ ਕਿੱਥੋਂ ਕੰਮ ਕਰ ਲੂਗਾ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦਿੰਦਾ ਆ ਜਿਹੜੀ ਸਾਡੀ ਛੱਤ ਆ ਛੱਤ ਦੇ ਉੱਤੇ ਨਾ ਕਬੂਤਰਾਂ ਨੂੰ ਰੋਟੀ ਪਾਣੀ ਪਾਉਂਦੇ ਆ ਕਈ ਬੰਦੇ ਚਲੋ ਪਿਆਰ ਆਉਂਦਾ ਉਹਨਾਂ ਨੂੰ ਪਰ ਕਬੂਤਰ ਇੰਨੇ ਢਿੱਲੇ ਤੇ ਲਲੈਕ ਹੋ ਗਏ ਬੈਠੇ ਕਰ ਗਏ ਹੂੰ ਹੂੰ ਜੇ ਇਥੋਂ ਨ ਕਿਸੇ ਤੱਕ ਦਾਣਾ ਦੂਣਾ ਖਾ ਕੇ ਆਉਣ ਤੁਸੀਂ ਪਾਓ ਯਾਰ ਕਦੇ ਕਦੇ ਪਰ ਤੁਸੀਂ ਕਿਸੇ ਨੂੰ ਮੁਫਤੀਆਂ ਚੀਜ਼ਾਂ ਦੇ ਦੇ ਕੇ ਵਿਲੜ ਤਾਂ ਨਾ ਬਣਾਓ ਅੱਜ ਖਿੜਕੀ 'ਚ ਇੱਕ ਕਬੂਤਰ ਬੈਠਾ ਸੀ ਚਲੋ ਪਰਵਾਰਕ ਜੀ ਦੱਸ ਦਿੰਨੇ ਉਹਨਾਂ ਨੂੰ ਅੱਜ ਖਿੜਕੀ 'ਚ ਇੱਕ ਕਬੂਤਰ ਬੈਠਾ ਸੀ ਤੇ ਉਹ ਕਹਿੰਦਾ ਸੀ ਹੂੰ ਹੂੰ ਤੇ ਟਾਣਾ ਸਾਹ ਟਾਣਾ ਸਾਹ ਸਾਰੇ ਦਫ਼ਤਰ ਦੇ ਮੁਲਾਜ਼ਮਾਂ ਨੂੰ ਇਹ ਕਹਿੰਦੇ ਵੀ ਇਹਦਾ ਫਰਜ਼ ਬਣਦਾ ਹੈ ਇਹ ਕਰਨਾ ਇੱਕ ਹੈ ਕਿ ਕਬੂਤਰਾਂ ਵਾਲੀ ਗੱਲ ਨਹੀਂ ਨਹੀਂ ਫਿਰ ਕਬੂਤਰ ਹੂੰ ਛੱਡ ਕੇ ਕਾਹ ਕਾ ਕਰੇ ਉਹ ਹੂੰ ਹੀ ਕਰੂਗਾ ਚੁੱਪ ਨਹੀਂ ਰਹਿ ਸਕਦਾ 2-4 ਮਿੰਟ ਮੰਨਿਆ ਚਲੋ ਲਗਾਤਾਰੀ ਉਹ ਲੱਭ ਰਿਆ ਹੋਣਾ ਉਸ ਬੰਦੇ ਨੂੰ ਵੀ ਅੱਜ ਰੋਟੀ ਨਹੀਂ ਪਾਈ ਹਲੇ ਤਾਈ ਫਿਰ ਉੱਥੇ ਗੱਲਾਂ ਕੀ ਉਹਨੂੰ ਅਸੀਂ ਵੇਲੜੇ ਇੰਨਾ ਕਰਤਾ ਜੀ ਉਹ ਇੱਕ ਖੰਭ ਲਾਏ ਕੁਦਰਤ ਨੇ ਉਹ ਉੱਡ ਕੇ ਆਪਣਾ ਦਾਣਾ ਪੈਦਾ ਕਰ ਸਕਦਾ ਹਾਂ ਲੱਭ ਸਕਦਾ ਉਹ ਕਿਰਤ ਕਰ ਸਕਦਾ ਆਪਣੇ ਤਰੀਕੇ ਨਾਲ ਅਸੀਂ ਆਪਦੇ ਪਿਆਰ ਪਿਆਰ ਚ ਉਹ ਗਜਤ ਕਰਤਾ ਵਿਹਲੜ ਬਣਾਤਾ ਉਹਦਾ ਭਾਰ ਵਧ ਗਿਆ ਹੁਣ ਪੱਕਾ ਹਾਂ ਬਿਲਕੁਲ ਗੱਲ ਇਹ ਹੈ ਟਾਣਾ ਸਾਹਿਬ ਵੀ ਸਾਨੂੰ ਨਾ ਅਸਲ ਦੇ ਵਿੱਚ ਜਿਹੜੀ ਉਹਨਾਂ ਨੇ ਮਾਹਰ ਨੇ ਗੱਲ ਕੀਤੀ ਸੈਮੂਅਲ ਹੋਰਾਂ ਨੇ ਇਹ ਗੱਲ ਕਹੀ ਹੈ ਉਹ ਇਸ ਲਈ ਕਹੀ ਹੈ ਉਹ ਕਹਿੰਦੇ ਵੀ ਜ਼ਿੰਦਗੀ ਜੋ ਹੈ ਅਸੀਂ ਕਾਮਯਾਬੀ ਪਿੱਛੇ ਭੱਜਦੇ 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 ਆਪਣੀ ਜ਼ਿੰਦਗੀ ਕਦੋਂ ਗਵਾ ਬੈੰਨੇ ਆ ਸਾਨੂੰ ਪਤਾ ਨਹੀਂ ਲੱਗਦਾ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਉਹ ਕਹਿੰਦੇ ਦੇਖੋ ਜੇ ਰਿਸ਼ਤੇ ਸੰਭਾਲ ਕੇ ਰੱਖੋ ਹੂੰ ਕਈ ਵਾਰੀ ਬੰਦੇ ਦੇ ਕੋਲੇ ਕਾਮਯਾਬੀ ਹੁੰਦੀ ਆ ਵੀ ਕਾਮਯਾਬ ਬਹੁਤ ਹੋ ਗਿਆ ਪਰ ਨਾਲ ਕੋਈ ਨਹੀਂ ਹੁੰਦਾ ਬਿਲਕੁਲ ਅਖੀਰ ਤੇ ਗੁਣਾ ਘਟਾ ਤਰੱਕੀ ਬਹੁਤ ਸੀ ਪਰ ਜਿਹਦੇ ਨਾਲ ਰਹਿਣਾ ਜਾਂ ਕੋਈ ਤੁਹਾਡੇ ਨਾਲ ਰਹਿੰਦਾ ਕਿ ਨਹੀਂ ਉਹਨੇ ਤਰੱਕੀ ਤਰੱਕੀ ਇਹਦੇ ਕੋਲੇ ਹੋਰ ਕੁਝ ਨਹੀਂ ਗਾ ਬਿਲਕੁਲ ਸਹੀ ਹੈ ਸੋ ਇਸ ਲਈ ਕਹਿੰਦੇ ਜਿੰਦਗੀ ਜੋ ਹੈ ਉਹ ਅੱਜ ਹੀ ਹੈ ਸਾਨੂੰ ਆਪਾਂ ਕਿੰਨਾ ਵੱਡਾ ਹਿੱਸਾ ਜ਼ਿੰਦਗੀ ਦਾ ਇਸੇ ਗੱਲ ਦੇ ਪਿੱਛੇ ਗਵਾ ਬੈੰਨੇ ਆ ਕਿ ਮੈਂ ਇਕੱਠਾ ਕਰ ਲਾਂ ਕਾਮਯਾਬ ਹੋ ਜਾਾਂ ਇਕੱਠਾ ਕਰ ਲਾਂ ਹਨਾ ਪਰ ਕਈ ਵਾਰ ਐ ਹੁੰਦਾ ਕਿ ਤੁਸੀਂ ਜਿੰਨਾਂ ਲਈ ਇਕੱਠਾ ਕਰਦੇ ਹੋ ਵੀ ਤੁਹਾਡਾ ਸਾਥ ਨਹੀਂ ਦਿੰਦੇ ਉਹ ਕਹਿੰਦੇ ਕਾਮਯਾਬੀ ਹਾਸਲ ਕਰੋ ਪਰ ਨਾਲ-ਨਾਲ ਰਿਸ਼ਤੇ ਬਚਾ ਕੇ ਰੱਖੋ ਆਪਣੇ ਨੂੰ ਨਾਲ ਸੰਭ ਕੇ ਰੱਖੋ ਕਹਿੰਦੇ ਵੀ ਜਿਹੜਾ ਨਾ ਜੰਕ ਫੂਡ ਹੁੰਦਾ 버ਗਰ 버ਗਰ ਜਿਹੜੇ ਹੁੰਦੇ ਆ ਕਹਿੰਦੇ ਜਿਹੜੀ ਨਾ ਕਾਮਯਾਬੀ ਦਾ ਸਵਾਦ ਇਹ ਕਹਿੰਦੇ 버ਗਰਾਂ ਵਰਗਾ ਨੂਡਲਾਂ ਵਰਗਾ ਹੁੰਦਾ ਹੈ ਪਰ ਇਹਦੇ ਵਿੱਚ ਨਿਊਟ੍ਰੀਸ਼ਨ ਨਹੀਂ ਹੁੰਦਾ ਹੈ ਇਹ ਤੇ ਤੱਤ ਕੋਈ ਨਹੀਂ ਹੁੰਦਾਗਾ ਸਿਹਤ ਨਹੀਂ ਹੁੰਦੀ ਇਹਦੀ ਹਾਂ ਵੈਸੇ ਸਵਾਦ ਤਾਂ ਲੱਗਦਾ ਹੈ ਕਰਕੇ ਬਈਆ ਕੀ ਬਾਤ ਆ ਵਿੱਚ ਆਲੂ ਟਿੱਕੀ ਸੀ ਓਏ ਮਾਈ ਗੋਡ ਹਾਂ ਐ ਨਹੀਂ ਹੁੰਦਾ ਕਦੇ ਬਿਲਕੁਲ ਸਹੀ ਆ ਸੋ ਇਸ ਲਈ ਆਪਾਂ ਨੂੰ ਖਾਸ ਤੌਰ ਤੇ ਮੈਂ ਲਾਦਾ ਪੰਜਾਬੀਆਂ ਨੂੰ ਭਾਰਤੀਆਂ ਨੂੰ ਇਹ ਸੋਚ ਬਦਲਣੀ ਚਾਹੀਦੀ ਹੈ ਕਿ ਮੈਂ ਆਪਣੇ ਭਵਿੱਖ ਲਈ ਇਕੱਠਾ ਕਰ ਲਵਾਂ ਹਾਂ ਗੱਲ ਫੇਰ ਉੱਥੇ ਹੀ ਆਟਾ ਆਪਾਂ ਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਜ਼ਿੰਦਗੀ ਤੇ ਆਪਣੀ ਸਪਸ਼ਟ ਨਹੀਂ ਕਿਸੇ ਦੀ ਵੀ ਜਾਂ ਤਾਂ ਇਹ ਗੱਲ ਦਾ ਦਾਵਾ ਕਰੋ ਕਿ ਮੈਂ 150 ਸਾਲ ਕਿਤੇ ਜਾਂਦਾ ਨਹੀਂਗਾ ਮੈਂ ਤਾਂ ਇਕੱਠਾ ਕਰ ਰਿਆ ਮੈਨੂੰ ਪਤਾ ਵੀ ਮੈਨੂੰ ਮਾਰਨ ਵਾਲਾ ਕੌਣ ਆ ਕਿਹੜਾ ਤਰਵਰਾਜ ਆਵੇ ਤਾਂ ਸਹੀ ਜਾਂ ਤਾਂ ਐ ਕਹਿ ਗਏ ਹੂੰ ਇਧਰੋਂ ਸਾਰਾ ਕੁਝ ਇਕੱਠਾ ਕਰੀ ਜਾਂਦੇ ਵੀ ਭਾਈ 20 ਸਾਲ ਨੂੰ 30 ਸਾਲ ਨੂੰ 50 ਸਾਲ ਤੱਕ ਬੁਢਾਪੇ 'ਚ ਕੰਮ ਆਉ ਤੇ ਇਧਰ ਹੁਣੀ ਪੜ ਕੇ ਹਟੇ ਹੁੰਨੇ ਵੀ ਜਿੰਦ ਦਾ ਪ੍ਰਵਾਸਾ ਕੋਈ ਨਹੀਂ ਜਾਂ ਇਹ ਪੜਨਾ ਬੰਦ ਕਰ ਦਗੇ ਹੂੰ ਤੇ ਜਾਂ ਇਕੱਠਾ ਕਰਨਾ ਬੰਦ ਕਰ ਦੇ। ਨਾਲੇ ਜਦੋਂ ਇਕੱਠਾ ਕਰਦੇ ਆ ਨਿਆਣਾ ਮੋਰੇ ਕੰਮ ਕਰਦਾ ਨਹੀਂ ਨਜ਼ਰ ਆਉਂਦਾ ਫਿਰ ਅਸੀਂ ਤਾਂ ਵੀ ਉਹਦੇ ਨਾਲ ਲੜਦੇ ਆ ਵੀ ਤੂੰ ਭਾਈ ਕੋਈ ਕੰਮ ਨਹੀਂ ਕਰਦਾ ਵੇ ਲੜ ਨਿਆਣਾ। ਅਸੀਂ ਬੱਚੇ ਨੂੰ ਇਹ ਅਹਿਸਾਸ ਦਵਾ ਦਿੰਨੇ ਆ ਕਿ ਭਾਈ ਤੇਰੇ ਲਈ ਬਥੇਰਾ ਇਕੱਠਾ ਹੈ ਕੋਈ ਗੱਲ ਨਹੀਂ ਤੈਨੂੰ ਕੰਮ ਕਰਨ ਦੀ ਲੋੜ ਨਹੀਂ। ਨਾਲੇ ਕਈ ਵਾਰ ਇਹ ਹੁੰਦਾ ਟਾਣਾ ਸਾਹਿਬ ਜਿਨ੍ਹਾਂ ਲਈ ਇਕੱਠਾ ਕਰਦੇ ਆ ਨਾ ਬਹੁਤੀ ਵਾਰ ਉਹ ਬਾਪੂ ਨੂੰ ਪਾਣੀ ਦਾ ਗਲਾਸ ਵੀ ਨਹੀਂ ਪੁੱਛਦੇ। ਬਿਲਕੁਲ ਸਹੀ। ਫਿਰ ਇਹੋ ਜੀ ਜ਼ਿੰਦਗੀ ਦਾ ਕੋਈ ਫਾਇਦਾ ਵੀ ਨਹੀਂ ਇਸ ਲਈ ਅੱਜ ਜਿਓ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣਾ ਚਾਹੀਦਾ। ਸਹੀ। ਉਹ ਵੀ ਹਾਜ਼ਰ ਹੈ। ਚੰਚੀ ਦਾ ਵੀ ਚਾ ਕਣਾ ਸਾਹਿਬ ਵਿਆਹਾਂ ਦਾ ਮੌਸਮ ਲਗਭਗ ਮੁੱਕ ਚੁੱਕਿਆ ਹੱਲੇ ਮਤਲਬ ਇਹ ਨਿਕਲ ਹੀ ਰਿਹਾ ਹੈ ਜਾ ਰਿਹਾ ਜੀ ਤੇ ਤੁਸੀਂ ਵਿਆਹ ਵੇਖੇ ਇਸ ਮੌਸਮ ਦੇ ਵਿੱਚ ਦੇਖੋ ਵੀ ਮੈਂ ਇਸ ਸੀਜ਼ਨ ਦੇ ਵਿੱਚ ਤਿੰਨ ਵਿਆਹ ਦੇਖੇ ਆ ਮੇਰੇ ਖਿਆਲ ਮੈਂ ਤਿੰਨ ਹੀ ਦੇਖੇ ਹਾਂ ਤਿੰਨ ਦੇਖੇ ਜੀ ਉਤਨੇ ਵਿਆਹਾਂ ਤੇ ਮੈਂ ਗਿਆ ਮੈਂ ਘੰਟੇ-ਘੰਟੇ ਦੋ-ਦੋ ਘੰਟੇ ਲਿ ਗਿਆ ਤੇ ਫਿਰ ਮੈਂ ਆਪਣੀ ਹਾਜ਼ਰੀ ਲਵਾ ਕੇ ਤੇ ਵਾਪਸ ਆ ਗਿਆ ਜੀ ਤੇ ਸਾਡੇ ਵਿਆਹ ਕਿੰਨੇ ਕੁ ਵੇਖੇ ਦੇਖੋ ਸਾਡਾ ਉਹਨਾਂ ਦੇ ਵਿੱਚ ਇੱਕ ਸੀ ਦੋ ਨਹੀਂ ਸੀ ਸਾਦੇ ਤੋਂ ਭਾਵ ਏਸੀ ਵੀ ਉਹਨਾਂ ਨੇ ਘਰ ਦੇ ਵਿੱਚ ਹੀ ਕੀਤਾ ਉਹਨੂੰ ਵੀ ਅੱਜਕੱਲ ਆਪਾਂ ਸਾਦਾ ਹੀ ਮੰਨਦੇ ਆ ਘਰ ਦੇ ਵਿੱਚ ਵੀ ਭਾਵੇਂ ਜਿੰਨੇ ਮਰਜ਼ੀ ਪਕਵਾਨ ਹੋਣ ਪਰ ਆਪਾਂ ਕਹਿੰਦੇ ਵੀ ਪੈਲਸ ਨਹੀਂ ਕੀਤਾ ਇਹ ਵੀ ਸਾਦਾ ਹੀ ਆ ਆਪਾਂ ਅੱਜਕੱਲ ਧਾਰਨਾਏ ਬਣ ਗਈਆਂ ਨਾ ਪਰ ਉਹਦਾ ਜਿਹੜਾ ਪੈਲਸ ਵਾਲੇ ਵਿਆਹ ਸੀ ਬੜੀ ਡੰਗੜ ਡੰਗੜ ਸੀ ਬਈ ਕੰਨ ਪਾਈ ਗੱਲ ਨਹੀਂ ਸੀ ਸੁਣਦੀ ਜੀ ਉਹ ਨਾਲੇ ਪਤਾ ਵੀ ਇੱਥੇ ਡੰਗੜ ਡੰਗੜ ਬਹੁਤ ਹੋਣੀ ਆ ਅੱਧੀਆਂ ਕੁਰਸੀਆਂ ਜਿਹੜੀਆਂ ਉਹ ਪੈਲਸ ਦੇ ਵਿੱਚ ਲਾ ਕੇ ਅੱਧੀਆਂ ਬਾਹਰ ਬਗੀਚੇ 'ਚ ਜੱਚ ਲਾਈਆਂ ਹੂੰ ਵੀ ਇੱਥੇ ਜਿਹੜੋ ਗੱਲ ਨਾਲ ਥੋੜੀ ਫਿਰ ਬਾਹਰ ਆ ਕੇ ਬੰਦਾ ਬਹਿ ਜਾਊਗਾ ਮੈਂ ਨਾ ਕੱਲ ਇੱਕ ਟਾਣਾ ਸਾਹਿਬ ਸੁਨੇਹਾ ਪੜ ਰਹੀ ਸੀ ਜਿਹੜੇ ਸਾਡੇ ਸਤਕਾਰਯੋਗ ਪ੍ਰਭਜੋ ਸਿੰਘ ਸੰਧੂ ਹੋਰੀ ਸਿਡਨੀ ਤੋਂ ਨੇ ਉਹਨਾਂ ਨੇ ਸਾਂਝਾ ਕੀਤਾ ਹੋਇਆ ਸੀ ਉਹ ਕਹਿੰਦੇ ਵੀ ਵਿਆਹਾਂ ਦੇ ਵਿੱਚ ਨਾ ਇੱਕ ਕਮਰਾ ਜਿਹੜਾ ਆ ਉਹ ਸਾਊਂਡ ਪ੍ਰੂਫ ਵੀ ਹੋਣਾ ਚਾਹੀਦਾ ਵੀ ਜਿੱਥੇ ਜਿਹੜਾ ਕੰਨਾਂ ਦੇ ਉੱਪਰ ਤਸ਼ੱਦਦ ਹੁੰਦਾ ਹੈ ਡੰਗੜ-ਡੰਗੜ ਦੇ ਨਾਲ ਵੀ ਉਹ ਤੋਂ ਥੋੜਾ ਜਿਹਾ ਠਹਿਰਾਅ ਮਿਲ ਸਕੇ ਕੰਨਾਂ ਨੂੰ ਤੇ ਮੈਨੂੰ ਉਹਨਾਂ ਦੀ ਗੱਲ ਵਾਜਬ ਲੱਗੀ ਵੀ ਵਿਆਹ ਦੇ ਵਿੱਚ ਇਨਸਾਨ ਜਾਂਦਾ ਵੀ ਸਾਰੇ ਇਕੱਠੇ ਬਹਿ ਕੇ ਗੱਲਬਾਤ ਕਰਾਂਗੇ ਮਿਲਾਂਗੇ ਹਨਾ ਰ ਲੋਕ ਵਿਦੇਸ਼ਾਂ 'ਚ ਵਿਆਸਦੇ ਨੇ ਵੀ ਜਿਹੜਾ ਹਰ ਰੋਜ਼ ਆਪਣੇ ਰਿਸ਼ਤੇਦਾਰਾਂ ਨੂੰ ਪਰਮ ਪਿਆਰਿਆਂ ਨੂੰ ਮਿਲ ਸਕੇ ਤੇ ਵਿਆਹ ਇੱਕ ਇਹੋ ਜਿਹਾ ਮੌਕਾ ਹੁੰਦਾ ਬੰਦਾ ਕਹਿੰਦਾ ਬਹਿ ਕੇ ਗੱਲਬਾਤ ਕਰਾਂਗੇ ਮਿਲਾਂਗੇ ਹਨਾ ਦੁੱਖ ਸੁੱਖ ਸਾਂਝਾ ਕਰਾਂਗੇ ਪਰ ਉੱਥੇ ਰੌਲਾ ਇੰਨਾ ਹੁੰਦਾ ਵੀ ਤੁਹਾਨੂੰ ਕੋਲ ਬੈਠੇ ਦੀ ਗੱਲ ਨਹੀਂ ਸੁਣਦੀ ਬਿਲਕੁਲ ਤੇ ਇੱਕ ਹੋਰ ਮੇਰੀ ਬੇਨਤੀ ਹੈ ਇਹ ਵੀ ਚਲੋ ਗੱਲ 'ਚੋਂ ਗੱਲ ਨਿਕਲ ਆਈ ਹਰ ਵਿਆਹ ਦੇ ਵਿੱਚ ਇੱਕ ਦੋ ਜਾਨੇ ਪੁੱਛਰੇ ਜੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਨਾ ਪੁੱਛਦਾ ਹੋਵੇ ਪਰ ਉਹ ਫੈਰ ਕਰਨ ਆਏ ਹੁੰਦੇ ਆ ਹਾਂ ਜੇ ਤੁਸੀਂ ਉਹਨਾਂ ਨੂੰ ਸਵਾਲ ਕਰ ਸਕੋ ਤਾਂ ਬਹੁਤ ਵਧੀਆ ਗੱਲ ਆ ਵੀ ਭਾਈ ਅੱਜ ਤੋਂ ਇੱਥੇ ਫੈਰ ਕਰਨ ਇਹ ਤੂੰ ਲਾਇਸੈਂਸ ਕਿਉਂ ਲਿਆ ਸੀ ਉਹਨੇ ਇਹੀ ਕਹਿ ਗਣੀ ਵੀ ਸੈਲਫ ਡਿਫੈਂਸ ਲਈ ਆਤਮ ਰੱਖਿਆ ਲਈ ਉਹਨੇ ਕਿ ਤੇਰੇ ਤੇ ਹਮਲਾ ਕਿੰਨੀ ਕਵਾਰ ਹੋਇਆ ਤੈਨੂੰ ਕਿਹਦੇ ਤੋਂ ਖਤਰਾ ਤੇਰੇ ਤੋਂ ਖਤਰਾ ਆਇਆ ਇਸ ਵਿਆਹ ਨੂੰ ਬਿਲਕੁਲ ਇਹਨਾਂ ਨੂੰ ਆਪਦੀ ਆਤਮ ਰਾਖੀ ਦੇ ਲਈ ਤੇਰਾ ਕੁਝ ਕਰਨਾ ਚਾਹੀਦਾ ਪਰ ਮੈਂ ਤਾਂ ਕਹਿੰਨੀ ਜਾਨਾ ਸਾਹਿਬ ਸਵਾਲ ਵੀ ਨਾ ਕਰੋ ਇਹੋ ਜੇ ਮੂਰਖ ਦਾ ਕੀ ਪਤਾ ਜਿਹੜਾ ਵਿਆਹ ਦੇ ਵਿੱਚ ਇਹ ਸਾਰਾ ਕੁਝ ਕਰ ਸਕਦਾ ਹੈ ਕੀ ਪਤਾ ਤੁਹਾਡੇ ਸਵਾਲ ਪੁੱਛੇ ਤੇ ਤੁਹਾਡੇ ਤੇ ਫਾਇਰ ਕਰ ਦੋਵੇ ਉਲਟਾ ਇਹ ਤਾਂ ਬੇਨਤੀ ਹੋਈ ਹੈ ਵੀ ਜੇਕਰ ਤੁਹਾਨੂੰ ਪਤਾ ਵੀ ਤੁਹਾਡਾ ਕੋਈ ਰਿਸ਼ਤੇਦਾਰ ਇਹੋ ਜੀ ਮਾਨਸਿਕਤਾ ਵਾਲਾ ਹੈਗਾ ਕੋਈ ਫੁਕਰਾ ਰਿਸ਼ਤੇਦਾਰ ਹੈਗਾ ਤਾਂ ਉਹਨੂੰ ਬੁਲਾਓ ਹੀ ਨਾ ਵਿਆਹ ਤੇ ਬਹੁਤੀ ਹੱਦ ਕਿ ਗੁੱਸੇ ਹੀ ਹੋ ਜੂ ਤੇ ਇਹੋ ਜਿਹੇ ਰਿਸ਼ਤੇਦਾਰ ਗੁੱਸੇ ਹੀ ਚੰਗਾ ਹੈ ਬਿਲਕੁਲ ਉਹਨੂੰ ਤੁਸੀਂ ਆਪ ਹੀ ਕਹੋ ਵੀ ਤੇਰੇ ਘਰੇ ਅਸੀਂ ਭਾਜੀ ਵੀ ਬਚਾ ਦੇਾਂਗੇ ਹਾਂ ਤੇਰਾ ਨਾਂ ਆਉਣਾ ਵੀ ਸਾਡੇ ਪਰਿਵਾਰ ਦੇ ਵਿੱਚ ਏਕੇ ਦਾ ਪ੍ਰਤੀਕ ਆ ਤੇਰਾ ਦੋ ਜਰ ਵਾਰ ਨਾਂ ਵੀ ਲੈ ਦੇਾਂਗੇ ਅਸੀਂ ਸਟੇਜ ਤੋਂ ਪਰ ਤੂੰ ਕਿਰਪਾ ਕਰਕੇ ਆਈ ਨਾ ਉਹ ਆ ਨਹੀਂ ਸਕੇ ਬਹਾਨੇ ਜਿ ਬਣਾਉਣਾ ਹੁੰਦਾ ਉਹ ਆ ਨਹੀਂ ਸਕੇ ਪਰ ਉਹਨਾਂ ਨੇ ਵਧਾਈਆਂ ਭੇਜੀਆਂ ਜੀ ਉਹ ਬੜੀ ਤਕੜੀ ਸ਼ਖਸੀਅਤ ਹਨ ਨਕਸ਼ ਕਿਈ ਜਾਇਆ ਕਰੋ ਜਿਹੜੇ ਰਿਸ਼ਤੇਦਾਰ ਬਾਰੇ ਤੁਹਾਨੂੰ ਪਤਾ ਨਾ ਵੀ ਆ ਕੇ ਖੌਰੂ ਪਾਊਗਾ ਇਹ ਤੋਂ ਇਹਨੇ ਪੀ ਕੇ ਉੱਥੇ ਹੋਰ ਹੀ ਰੌਲਾ ਰੱਪਾ ਪਾਉਣਾ ਹੈ ਇਹਨੇ ਲਟਣਾ ਹੈ ਇਹਨੇ ਨਾਗਨ ਡਾਂਸ ਪੇਸ਼ ਕਰਨਾ ਹੈ ਇਹਨੇ ਪੂਰੀ ਤੁਹਾਡੀ ਇੱਜ਼ਤ ਜਿਹੜੀ ਮਲਿਆ ਮੇਟ ਕਰਨੀ ਹੈ ਇਹਨੇ ਉੱਥੇ ਫਾਇਰ ਕਰਨੇ ਨੇ ਇਹੋ ਜਿਹੇ ਰਿਸ਼ਤੇਦਾਰ ਨੂੰ ਬਿਲਕੁਲ ਨਾ ਬੁਲਾਓ ਵਿਆਹ ਦੇ ਵਿੱਚ ਤੇ ਇੱਕ ਗੱਲ ਹੋਰ ਮੈਂ ਜਾਣੇ ਜਾਂਦੇ ਇਹ ਕਹਿ ਲਿਆ ਵੀ ਭਾਈ ਵਿਆਹ ਸੱਚੀ ਮੁੱਚੀ ਸਾਦੇ ਕਰਨੇ ਸ਼ੁਰੂ ਕਰਗੇ ਕੁਛ ਨਹੀਂ ਪਿਆ ਜੇ ਆਪਣੀ ਇੱਜ਼ਤ 20 25 ਸਾਲ ਤੋਂ ਵਰਤਦੇ ਆ ਨਹੀਂ ਵਧੇ ਨਾ ਪੰਜਾਂ ਚਾਰਾਂ ਘੰਟਿਆਂ ਦੇ ਵਿੱਚ ਪੈਸੇ ਪਟਕੇ ਵੀ ਨਹੀਂ ਵਧਣੇ ਜੀ ਉਹ ਇੱਜ਼ਤ ਹੀ ਕਿਹੜੀ ਜਿਹੜੀ ਕਿ 20 25 30 50 ਲੱਖ ਰੁਪਈਆ ਲਾ ਕੇ ਵਧਾਉਣੀ ਪਵੇ ਹੂੰ ਇੰਉ ਤਾਂ ਫਿਰ ਕਿਸੇ ਦੀ ਵੀ ਵਧ ਜੂਗੀ ਜੀ ਇੰਉ ਤਾਂ ਕਿਸੇ ਦੀ ਬੇਇੱਜ਼ਤੀ ਨਾ ਹੋਵੇ ਜੇ ਜੀਰੋ ਕੋਲੇ ਬਹੁਤ ਪੈਸੇ ਆ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਚਾਣਾ ਸਾਹਿਬ ਆ ਤਾਜ਼ੀ ਤਾਜ਼ੀ ਉਦਾਹਰਣ ਹੈ ਕਿ ਅੰਬਾਨੀਆਂ ਨੇ ਵਿਆਹ ਦੇ ਉੱਪਰ ਹਜ਼ਾਰਾਂ ਕਰੋੜ ਰੁਪਈਆ ਖਰਚ ਕਰ ਦੇਣਾ ਤੇ ਨੁਕਸ ਕੱਢਣ ਵਾਲੇ ਨੇ ਉਹਦੇ 'ਚ ਵੀ ਕੱਢ ਦੇਣਾ ਹਾਂ ਤੇ ਜੇ ਆਪਣੇ ਲੱਖਾਂ ਲਾਇਆ ਤਾਂ ਵੀ ਨਿਕਲ ਨਹੀਂ ਐ ਕੱਢਣ ਵਾਲਿਆਂ ਨੇ ਕੱਢਿਆ ਹੀ ਐ ਕੰਗਣਾ ਨਾਉਤ ਨੇ ਇਹ ਮੈ ਤਾਂ ਸੋ ਇਸ ਲਈ ਤੁਸੀਂ ਕਿਸੇ ਨੂੰ ਰਾਜ਼ੀ ਨਹੀਂ ਕਰ ਸਕਦੇ ਖੁਸ਼ ਨਹੀਂ ਕਰ ਸਕਦੇ ਇਹ ਤੁਹਾਡਾ ਵਹਿਮ ਆ ਕਿ ਵਿਆਹ ਤੇ ਵੱਧ ਪੈਸਾ ਲਾ ਕੇ ਤੇ ਅਸੀਂ ਆਪਣੀ ਰਿਸ਼ਤੇਦਾਰੀ ਨੂੰ ਆਪਣੇ ਜਾਣ ਪਛਾਣ ਵਾਲਿਆਂ ਨੂੰ ਖੁਸ਼ ਕਰ ਦਿਆਂਗੇ ਕਦੇ ਨਹੀਂ ਉਹਨਾਂ ਨੇ ਜਾਂਦੇ ਜਾਂਦੇ ਤਾਂ ਵੀ ਕਹਿ ਦੇਣਾ ਹੁੰਦਾ ਵੀ ਸਬਜ਼ੀ 'ਚ ਲੂਣ ਘੱਟ ਸੀ ਇੱਕ ਗੱਲ ਹੋਰ ਸੁਣਾਵਾਂ ਜੀ ਫਿਰ ਸਮਾਪਤੀ ਕਰਦੇ ਹਾਂ ਹਮ ਅਨੰਤ ਅਬਾਨੀ ਦੇ ਕਹਿੰਦੇ ਵੀ 8-10 ਕਰੋੜ ਰੁਪਈਆ ਦੀ ਘੜੀ ਲਾਈ ਆ ਬੜੀ ਮਹਿੰਗੀ ਘੜੀ ਸੀ ਕਹਿੰਦੇ ਗੱਲ ਸੁਣੋ ਨਾ ਜੀ ਉਹ ਤੇ ਹੀਰੇ ਪੰਨੇ ਪਤਾ ਨਹੀਂ ਕੀ ਕੀ ਲਾਇਆ ਮਾਰਕ ਜੁਕਰਗਬਰਗ ਦੀ ਵਰਟੀ ਉਹਨੂੰ ਵੇਖ ਕੇ ਕਹਿੰਨੀ ਵੈਰੀ ਨਾਈਸ ਵਾਚ ਹਮ ਉਨੇ ਦੱਸਿਆ ਵੀ ਇਹ 4 ਕੇ 6 ਕਰੋੜ ਦੀ ਕਿ 10 ਕਰੋੜ ਦੀ ਹੈ ਕਹਿੰਦੀ ਮਾਈ ਗॉड ਵੈਰੀ ਗੁੱਡ ਵੈਰੀ ਨਾਈਸ ਗੱਲ ਥੋੜੀ ਸਹੀ ਆ ਤੁਸੀਂ ਅਮੀਰ ਬੰਦੇ ਹੋ ਸਮਾਂ ਸਹੀ ਹੋਣਾ ਚਾਹੀਦਾ ਘੜੀ ਤਾਂ ਤਾਂ ਨਾਲ ਦੇ ਤਾਂ ਵੀ ਪੁੱਛ ਲਾਂਗੇ ਬਾਈ ਟਾਈਮ ਕਿੰਨਾ ਹੋਇਆ ਕੀ ਬਾਤ ਹੈ ਟੈਨਾ ਸਾਹਿਬ ਛਾ ਗਏ ਹੋ ਸਮਾਂ ਸਹੀ ਹੋਵੇ ਬਸ ਥੋੜਾ ਸਮਾਂ ਸਹੀ ਆ ਜਿਹਨਾਂ ਨੇ ਬੁਲਾਇਆ ਉਹਨਾਂ ਦਾ ਵੀ ਆ ਜਿਹੜੇ ਆਏ ਉਹਨਾਂ ਦਾ ਵੀ ਆ ਹਾਂ ਤੇ ਮੈਨੂੰ ਪਰਸੋਂ ਇੱਕ ਬੰਦਾ ਕਹਿੰਦਾ ਕਿਹੜਾ ਵੀ ਭਾਈ ਫੇਸਬੁੱਕ ਤੇ ਇੰਸਟਾਗ੍ਰਾਮ ਘੰਟੇ ਕ ਲਈ ਕਹਿੰਦੇ ਬੰਦ ਹੋ ਗਏ ਤੇ ਕਹਿੰਦਾ ਮੈਂ ਉਹਦੇ ਟੱਬਰ ਦੇ ਜੀਆਂ ਨੂੰ ਮਿਲਿਆ ਬੰਦੇ ਬੜੇ ਵਧੀਆ ਤਾਂ ਤੇ ਮਾਰਕ ਨੂੰ ਵੀ ਇੱਕ ਬੇਨਤੀ ਆ ਵੀ ਐਵੇਂ ਵਿਆਹਾਂ ਦੇ ਵਿੱਚ ਟਾਈਮ ਨਾ ਖਰਾਬ ਕਰਿਆ ਕਰ ਆਪਣੇ ਕੰਮ ਵੱਲ ਧਿਆਨ ਦੇ ਐਵੇਂ ਬਲੂ ਟਿਕ ਜਾ ਕਰਨ ਤੇ ਪੈਸੇ ਰੱਖ ਦੇਗਾ ਕਿਸੇ ਦੀ ਘੜੀ ਵੇਖ ਕੇ ਐ ਨਹੀਂ ਕਰਦਾ ਹੁੰਦਾ ਹਾਂ ਵੀ 3 ਬਿਲੀਅਨ ਡਾਲਰ ਦਾ ਕਹਿੰਦੇ ਘਾਟਾ ਪੈ ਗਿਆ ਉਹਨੂੰ ਵੀ ਤੂੰ ਕਮਲਿਆ ਵਿਆਹ ਚੋਂ ਕੀ ਖਟਿਆ ਤੇਰੀ ਆਪਣੀ ਕੰਪਨੀ ਰੁਕ ਚੱਲੀ ਸੀ ਘੰਟਾ ਇੱਕ ਬੰਦ ਰਹੀ ਹੈ ਕਿੰਨਾ ਘਾਟਾ ਖਾ ਲਿਆ ਐਵੇਂ ਵਿਆਹਾਂ ਚ ਨਹੀਂ ਜਾਂਦਾ ਹੁੰਦਾ ਕੰਮ ਵੱਲ ਗੌਰ ਕਰਾ ਸਹੀ ਹੋਣਾ ਚਾਹੀਦਾ ਘੜੀਆਂ ਤਾਂ ਉਦਾਂ ਜਾਂਦਾਂ ਜਾਂ ਰਹਿਣੀਆਂ ਹਾਂ ਇਹਨੇ ਘੁੰਮਣਾ ਵਕਤ ਘੁੰਮੂਗਾ ਬਿਲਕੁਲ ਤੇ ਬੰਦੇ ਨੂੰ ਵੀ ਕਮਾਊਗਾ ਚਲਿਏ ਹੁਣ ਆਪਾਂ ਸਾਡੇ ਜਾਣ ਦਾ ਵੇਲਾ ਹੋ ਗਿਆ ਜੀ ਆਪਣੀ ਪ੍ਰਤੀਕਿਰਿਆ ਜਰੂਰ ਸਾਡੇ ਤੇ ਪਹੁੰਚਾਓ ਦੋਵਾਂ ਨੇ ਇਜਾਜ਼ਤ ਫੇਰ ਮਿਲਾਂਗੇ ਸਾਥਰੀਆ ਕੱਲ ਤੁਸੀਂ ਵੇਖਦਿਓ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜਾਂਚਦਾ ਵੀਚਾ